ਦੁਨੀਆ ਕਿੱਥੇ ਪਹੁੰਚ ਗਈ ਸੱਜਣੋ, ਤੁਹਾਨੂੰ ਅੱਜ ਸੋਨੀ ਵਾਲਿਆਂ ਦੇ ਸੈਂਟਰ 'ਤੇ ਲੈ ਕੇ ਆਇਆ। ਅਮਰੀਕ ਸਿੰਘ ਰੋਡ ਬਠਿੰਡਾ ਦੇ ਵਿੱਚ ਆ, ਆਪਾਂ ਚਾਵਲਾ ਇਲੈਕਟ੍ਰੋਨਿਕਸ ਦਾ ਵਾਲਿਆਂ ਦੇ ਆਏ ਹਾਂ। ਤੁਹਾਨੂੰ ਨਾ ਸੋਨੀ ਦੇ ਟੀਵੀਆਂ ਬਾਰੇ ਦੱਸਦਾ ਕਿ ਇੰਨੇ ਦਿਮਾਗ ਵਾਲੇ ਟੀਵੀ ਆ ਨਾ, ਬੰਦੇ ਦਾ ਦਿਮਾਗ ਪੜ੍ਹਦੇ ਆ, ਬੰਦੇ ਦਾ ਸੁਭਾਅ ਪੜ੍ਹਦੇ ਆ ਕਿ ਮੇਰਾ ਅੱਜ ਮੂਡ ਕਿਹੋ ਜਿਹਾ, ਮੈਨੂੰ ਅੱਜ ਕਿਹੋ ਜਿਹੀ ਲਾਈਟਿੰਗ ਵਾਲਾ ਕਿਹੋ ਜਿਹਾ ਕੰਟੈਂਟ ਚਾਹੀਦਾ, ਮੇਰਾ ਕਿਹੋ ਜਿਹੀ ਸਾਊਂਡ ਚਾਹੀਦੀ ਆ, ਮੈਨੂੰ ਅੱਜ ਮੈਂ ਕਿਸ ਤਰ੍ਹਾਂ ਦੇ ਮੂਡ 'ਚ ਆ, ਮੈਂ ਕਿਸ ਤਰ੍ਹਾਂ ਦਾ ਬੰਦਾ। ਇਸ ਤਰ੍ਹਾਂ ਦੇ ਇੰਨੇ ਇੰਟੈਲੀਜੈਂਟ ਟੀਵੀ ਆ ਗਏ ਆ, ਤੁਸੀਂ ਦੇਖੋ ਕਿ ਤੁਸੀਂ ਇਹ ਟੀਵੀਆਂ ਨਾਲ ਗੱਲਾਂ ਕਰ ਸਕਦੇ ਆ। ਇਹ ਬੰਦਾ ਹੈ ਪੂਰੇ ਦਾ ਪੂਰਾ, ਇਹ ਤੁਹਾਡੇ ਨਾਲ ਗੱਲਾਂ ਕਰੂਗਾ, ਤੁਹਾਨੂੰ ਤੁਹਾਡੀਆਂ ਗੱਲਾਂ ਦੇ ਜਵਾਬ ਦੇਊਗਾ, ਤੁਹਾਡੀ ਗੱਲ ਸੁਣੂਗਾ, ਤੁਹਾਡੇ ਸੁਭਾਅ ਦੇ ਮੁਤਾਬਕ ਕੰਮ ਕਰੂ। ਇਸ ਤਰ੍ਹਾਂ ਦੇ ਟੀਵੀ ਆ ਗਿਆ। ਸੋਨੀ ਕਿੱਥੇ, ਮਤਲਬ ਕਹਿਣ ਤੋਂ ਭਾਵ ਜਪਾਨ ਦੀ ਕੰਪਨੀ ਆ, ਐਵੇਂ ਨਹੀਂ ਜਪਾਨੀ ਲੋਕਾਂ ਨੂੰ ਮੰਨਿਆ ਜਾਂਦਾ ਦਿਮਾਗ ਵਾਲੇ। ਤੁਸੀਂ ਦੇਖੋ ਕਿ ਟੀਵੀਆਂ ਨੂੰ ਕਿਸ ਥਾਂ 'ਤੇ ਲੈ ਗਿਆ ਇਹ। ਆਪਾਂ ਅੱਜ ਤੁਹਾਨੂੰ ਆਹ ਟੀਵੀਆਂ ਦੇ ਇੰਟੈਲੀਜੈਂਟ ਟੀਵੀ ਦਿਖਾਵਾਂਗੇ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਆ ਸਕਦੇ ਆ, ਅਤੇ ਦੀਵਾਲੀ 'ਤੇ ਬਹੁਤ ਘੈਂਟ ਘੈਂਟ ਔਫਰ ਲੱਗੇ ਹੋਏ ਆ। ਇੱਕ ਔਫਰ ਤਾਂ ਤੁਸੀਂ ਇਹ ਦੇਖੋ ਕਿ ਇਹ ਇਸ ਵਕਤ ਵੱਡੇ ਵੱਡੇ ਟੀਵੀ ਤੁਹਾਨੂੰ 5-5 ਹਜ਼ਾਰ, 4-4 ਹਜ਼ਾਰ ਰੁਪਈਆ ਮਹੀਨਾ ਕਿਸ਼ਤਾਂ 'ਤੇ ਦੇ ਰਿਹਾ, ਉਹ ਵੀ ਆਲ ਇੰਡੀਆ ਦਾ ਕਿਤੋਂ ਦਾ ਵੀ ਬਜਾਜ ਕਾਰਡ ਬਣਿਆ ਹੋਇਆ ਤੁਹਾਨੂੰ ਮਿਲ ਜੂਗਾ। ਤੁਸੀਂ ਘਰੇ ਸਿਨੇਮਾ ਬਣਾਉਣਾ ਅਤੇ ਸਿਨੇਮਾ ਵੀ ਉਸ ਲੈਵਲ ਦਾ ਬਣ ਜੂਗਾ ਤੁਹਾਡੇ ਘਰੇ ਕਿ ਅਮੈਰੀਕਾ ਲੈਵਲ ਦਾ ਸਾਊਂਡ, ਜਿਹੜਾ ਅਮੈਰੀਕਾ ਦੇ ਵਿੱਚ ਹੋਲੀਵੁੱਡ ਦੇ ਵਿੱਚ ਸਾਊਂਡ ਆਉਂਦਾ, ਉਸ ਤਰ੍ਹਾਂ ਦਾ ਸਾਊਂਡ ਆ ਜਿਹੜਾ ਤੁਹਾਡੇ ਘਰੇ ਆਜੂਗਾ। ਤੁਹਾਨੂੰ ਟੀਵੀ ਨਾਲ ਟੀਵੀ ਵੀ ਫ੍ਰੀ ਮਿਲੂਗਾ, ਤੁਹਾਨੂੰ ਸਾਊਂਡ ਨਾਲ ਸਾਊਂਡ ਸਿਸਟਮ ਵੀ ਫ੍ਰੀ ਮਿਲੂਗਾ, ਬਹੁਤ ਕੁਛ ਮਿਲੂਗਾ। ਆਪਾਂ ਚਾਵਲਾ ਸਾਹਿਬ ਹੋਣਾ ਕੋਲ ਆਏ ਹਾਂ, ਮੇਰੇ ਨਾਲ ਬਾਈ ਦਾ ਨਾਂ ਵਰਿੰਦਰ ਆ, ਆਹ ਵੀਰ ਦਾ ਨਾਂ ਪੁਸ਼ਪਿੰਦਰ ਆ, ਚਾਵਲਾ ਸਾਹਿਬ ਇੱਧਰ ਬੈਠੇ ਆ। ਸਾਰਿਆਂ ਨੂੰ ਮਿਲਦੇ ਹਾਂ, ਸਾਰਿਆਂ ਦਾ ਸਵਾਗਤ ਕਰਦੇ, ਅਤੇ ਵੱਡੀਆਂ ਵੱਡੀਆਂ ਘੈਂਟ ਔਫਰਾਂ ਅਤੇ ਘੈਂਟ ਇੰਟੈਲੀਜੈਂਟ ਸਿਸਟਮ ਆ ਜਿਹੜਾ ਤੁਹਾਨੂੰ ਦਿਖਾਉਣਾ ਨਾ, ਉਹ ਸਾਰੀ ਵੀਡੀਓ ਨੂੰ ਲਗਾਤਾਰ ਦੇਖਿਓ, ਤੁਹਾਨੂੰ ਬਹੁਤ ਘੈਂਟ ਇੰਟਰਸਟਿੰਗ ਵੀਡੀਓ ਹੋਣ ਵਾਲੀ ਆ। ਬਾਈ ਹੁਣਾਂ ਦਾ ਕਰਦੇ ਹਾਂ ਸਵਾਗਤ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਜੀ, ਬਹੁਤ ਬਹੁਤ। ਆਪਾਂ ਬਾਈ ਹੁਣਾਂ ਨਾਲ ਗੱਲ ਕਰਦੇ ਹਾਂ, ਸਭ ਤੋਂ ਬਾਈ ਘੱਟ ਰੇਟ ਤੋਂ ਸ਼ੁਰੂ ਹੋ ਜਾਂਦੇ ਹਾਂ, ਜਿੱਥੋਂ ਤੱਕ ਅਗਲੇ ਦਾ ਬਜਟ ਆ ਉੱਥੋਂ ਤੱਕ ਆਪਾਂ ਪਹੁੰਚ ਜਾਵਾਂਗੇ, ਅਤੇ ਮੈਨੂੰ ਸਭ ਤੋਂ ਘੱਟ ਰੇਟ ਵਾਲੀਆਂ ਤੋਂ ਸ਼ੁਰੂ ਕਰ ਦਿਓ, ਫੀਚਰ ਵਾਈਜ਼ ਸਾਰਾ ਕੁਛ ਦੱਸੀ ਜਾਇਓ। ਸਭ ਤੋਂ ਪਹਿਲਾਂ ਆਪਣੇ ਸਟਾਰਟਿੰਗ ਹੋ ਜਾਂਦੇ, ਜਿਵੇਂ 43 ਇੰਚ ਟੀਵੀ ਆ ਗਿਆ, ਇਹਦੀ ਜਿਹੜੀ ਪ੍ਰਾਈਸ ਰੇਂਜ ਸਟਾਰਟ ਹੋ ਜਾਂਦੀ ਹੈਗੀ ਉਹ ਇਹਨੇ 34,990 ਤੋਂ ਜੀ, ਪਲੱਸ ਇਸ ਸਾਲ ਜਿੰਨੇ ਵੀ ਆਪਣੇ 43 ਇੰਚ ਤੋਂ ਉੱਪਰ ਦੇ ਟੀਵੀ ਹੈ 3 ਸਾਲ ਦੀ ਕੰਪਲੀਟ ਵਾਰੰਟੀ ਦੇ ਨਾਲ ਆ। ਮਤਲਬ ਪਹਿਲਾਂ ਸਾਲ ਦੀ ਦਿੰਦਾ ਸੀ ਸੋਨੀ, ਇਸ ਵਾਰ 3 ਸਾਲ ਦੀ ਦੇ ਰਿਹਾ, 3 ਸਾਲ ਦੀ ਵਾਰੰਟੀ ਦੇ ਰਿਹਾ ਕੰਪਲੀਟ ਜੀ। ਤੇ ਆਪਣੇ ਗੂਗਲ ਟੀਵੀ ਆ ਗਿਆ, ਇਹ ਗੂਗਲ ਟੀਵੀ ਆ ਗਿਆ ਜੀ ਜੀ। ਗੂਗਲ ਦਾ ਹੁਣ ਆਪਣਾ ਜੋ ਵੀ ਆਪਾਂ ਅੱਜ ਕੱਲ੍ਹ ਕਰਦੇ ਹਾਂ ਉਹ ਸਾਰਾ ਗੂਗਲ ਦੇ ਉੱਪਰ ਹੀ ਕਰਦੇ ਹਾਂ, ਕੋਈ ਐਪਲੀਕੇਸ਼ਨ ਚਾਹੀਦੀ ਆ ਤਾਂ ਗੂਗਲ ਤੋਂ ਡਾਊਨਲੋਡ ਕਰਨੀ, ਪੇਮੈਂਟ ਕਰਨੀ ਆ ਤਾਂ ਗੂਗਲ ਤੋਂ ਕਰਨੇ ਆ, ਕੋਈ ਸਰਚ ਕਰਨਾ, ਮੈਪ ਕਰਨਾ, ਸਭ ਗੂਗਲ ਦੇ, ਤਾਂ ਟੀਵੀ ਗੂਗਲ ਦੇ ਤਾਂ ਕੰਪਨੀ ਨੇ ਆਪਾਂ। ਫਿਰ ਗੂਗਲ ਦੇ ਵਿੱਚ ਕੀ ਆ, ਗੂਗਲ ਦੇ ਵਿੱਚ ਮਲਟੀਪਲ ਅਕਾਊਂਟ, ਜਿਵੇਂ ਫੈਮਿਲੀ ਆ ਸਪੈਸ਼ਲੀ ਬੱਚਿਆਂ ਲਈ ਹੁੰਦਾ ਅੱਜ ਕੱਲ੍ਹ ਵੀ ਕੰਟੈਂਟ, ਕਿਡਜ਼ ਪ੍ਰੋਫਾਈਲ ਐਡ ਹੋ ਜਾਂਦੀ ਹੈ ਇਹਦੇ ਵਿੱਚ ਜੀ। ਉਹ ਤੋਂ ਬਾਅਦ ਫੋਰ ਯੂ ਆ ਕਿ ਜਿਵੇਂ ਤੁਸੀਂ ਆਈਡੀ ਬਣਾਈ ਤੁਹਾਡੇ ਜੋ ਤੁਹਾਡਾ ਟੇਸਟ ਆ ਉਹਦੇ ਅਕੋਰਡਿੰਗ ਟੀਵੀ ਕੰਟੈਂਟ ਦਿਖਾਉਂਦਾ ਰਹਿੰਦਾ। ਮਤਲਬ ਕਹਿਣ ਤੋਂ ਬਾਅਦ ਵੀ ਮੈਂ ਟੀਵੀ ਦੇਖਣਾ ਤਾਂ ਮੈਂ ਆਪਣੀ ਆਈਡੀ ਖੋਲਾਂ, ਮੈਂ ਜੋ ਕੰਟੈਂਟ ਦੇਖਿਆ ਮੈਂ ਆਪਦੀ ਆਈਡੀ ਲੌਗ ਆਊਟ ਕਰਦਿਆਂ ਮੇਰੇ ਬੱਚੇ ਦਾ ਮੇਰਾ ਕੰਟੈਂਟ ਮੇਰੇ ਬੱਚਿਆਂ ਨੂੰ ਸ਼ੋਅ ਨਹੀਂ ਹੋਊਗਾ, ਸ਼ੋਅ ਨਹੀਂ ਹੋਊਗਾ। ਤਾਂ ਬੱਚਿਆਂ ਦੀ ਕਿਡਸ ਪ੍ਰੋਫਾਈਲ ਆ ਉਹਨਾਂ ਨੂੰ ਜਦੋਂ ਹੋਰ ਮੋਡ ਚੱਕਣਗੇ ਉਹਨਾਂ ਨੂੰ ਉਹੀ ਸ਼ੋਅ ਉਹਨਾਂ ਨੂੰ ਮਿਲ ਜੂਗੀ ਓਕੇ। ਉਸ ਤੋਂ ਬਾਅਦ ਜੀ 50 ਸਕਰੀਨ ਸਾਈਜ਼ ਇਹਦੇ ਵਿੱਚ ਜੀ, ਫਿਰ 55-65 ਹੈ ਜੀ, 55-65 ਦੇ ਵਿੱਚ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਮਾਡਲ ਆਉਂਦੇ ਆ, ਬਰਾਵੀਆ 2, ਬਰਾਵੀਆ 3, 90L XR ਮਾਡਲ ਹੈ ਜੀ ਉਹ, ਫਿਰ ਬਰਾਵੀਆ 7, ਬਰਾਵੀਆ 8, ਉਹ ਆਪਾਂ ਅਲੱਗ ਅਲੱਗ ਇੱਕ ਇੱਕ ਮਾਡਲ ਕਰਕੇ ਤੁਹਾਨੂੰ ਦਿਖਾ ਦਿੰਦੇ ਹਾਂ। ਉੱਪਰ ਵਾਲੀਆਂ ਸਾਰੀਆਂ ਸਕਰੀਨ 55 ਨੇ, ਸਾਰੀਆਂ ਨੀਚੇ ਵਾਲੀਆਂ 65 ਨੇ ਜੀ, ਔਰ ਫੀਚਰਸ ਦਾ ਫਰਕ ਕੀ ਹੈ, ਪ੍ਰਾਈਸ ਦਾ ਨਾਲ ਨਾਲ ਗੈਪ ਆ ਉਹ ਤੁਹਾਨੂੰ ਸਾਰਾ ਸਮਝਾ। ਹਾਂਜੀ ਵੀਰੇ, ਪਹਿਲਾਂ ਬਰਾਵੀਆ 2 ਤੋਂ, ਬਰਾਵੀਆ 2 ਆ ਗਈ ਹਾਂਜੀ। ਇੱਕ ਗੱਲ ਹੋਰ,
ਜਿਵੇਂ ਬਰਾਵੀਆ 2 ਆ ਗਈ, ਬਰਾਵੀਆ 2 ਚ ਵੀ ਮੈਨੂੰ ਸਾਰੇ ਸਾਈਜ਼ ਮਿਲ ਜਾਣਗੇ? ਬਰਾਵੀਆ 2 ਦੇ ਵਿੱਚ ਆਪਾਂ ਨੂੰ 55 ਮਿਲ ਜੂਗਾ ਜੀ ਤੇ 65 ਮਿਲ ਜੂਗਾ, ਪਲੱਸ ਇਹ 43 ਦੇ ਵਿੱਚ ਵੀ ਆਉਂਦਾ ਤੇ 50 ਚ ਵਿੱਚ ਵੀ ਆਉਂਦਾ। ਠੀਕ ਹੈ ਜੀ, ਤੇ ਬਰਾਵੀਆ 2 ਚ ਦੱਸੋ ਕਿ ਬਰਾਵੀਆ 2 ਦੇ ਵਿੱਚ ਕੀ ਕੀ ਆ ਜਾਂਦਾ? ਉਹ ਚ ਆ ਗਿਆ ਗੂਗਲ ਟੀਵੀ, ਇੱਕ ਉਹ ਚ ਗੂਗਲ ਟੀਵੀ ਆਪਣੇ ਸਾਰਿਆਂ ਦੇ ਵਿੱਚ ਹੀ ਆ ਗਿਆ ਇਹ। ਠੀਕ ਹੈ ਜੀ, ਇਹਦੇ ਵਿੱਚ ਪਲੱਸ ਕੀ ਆ? ਇਹਦੇ ਵਿੱਚ ਪਲੱਸ ਆ ਗਿਆ ਹੁਣ ਆਪਾਂ ਨੂੰ ਇਹਦੇ ਵਿੱਚ ਟੀਵੀ ਦੇ ਵਿੱਚ ਪਿਕਚਰ ਕੁਆਲਿਟੀ, ਸਾਊਂਡ ਕੁਆਲਿਟੀ ਉਹ ਆਪਾਂ ਨੂੰ ਇਹਦੇ ਵਿੱਚ ਬਹੁਤ ਵਧੀਆ ਮਿਲ ਰਹੀ ਹੈ, ਪਿਕਚਰ ਕੁਆਲਿਟੀ ਤੇ ਸਾਊਂਡ ਕੁਆਲਿਟੀ। ਹੁਣ ਪਿਕਚਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਪਿਕਚਰ ਦਾ ਪ੍ਰੋਸੈਸਰ ਆ ਉਹ ਦਿੱਤਾ ਹੋਇਆ ਕੰਪਨੀ ਨੇ ਆਪਾਂ ਨੂੰ X1 4K ਪ੍ਰੋਸੈਸਰ ਜੀ, ਜੀ ਹੁਣ ਤੁਸੀਂ ਪਿਕਚਰ ਦੀ ਟੈਕ ਦੀ ਗੱਲ ਕਰੀਏ ਆਪਾਂ ਤਾਂ ਦੇਖੋ ਤੁਸੀਂ ਟੀਵੀ ਦੇ ਵਿੱਚ ਕਿੰਨੇ ਪ੍ਰੋਸੈਸਰ ਲੱਗਿਆ, ਫਸਟ ਪਿਕਚਰ ਪ੍ਰੋਸੈਸਰ ਲੱਗਿਆ X1 4K ਜੀ। ਇੱਕ ਹੀ ਆਪਾਂ ਨੂੰ ਕਲਰ ਦੇ ਉੱਪਰ ਵੀ ਕੰਮ ਕਰਦਾ, ਕੰਟਰਾਸਟ ਦੇ ਉੱਪਰ ਵੀ ਕੰਮ ਕਰਦਾ ਜੀ, ਡਿਟੇਲ ਵਧੀਆ ਦਿੰਦਾ, 4K ਡਿਟੇਲ ਬੈਸਟ ਦੇਊ ਆਪਾਂ ਨੂੰ ਜੀ। ਜੇ ਥੋੜੀ ਬਹੁਤ ਪਿਕਚਰ ਦੇ ਵਿੱਚ 4K ਦੇ ਵਿੱਚ ਕਮੀ ਵੀ ਆ ਤਾਂ ਉਹਨੂੰ ਅਪਸਕੇਲਿੰਗ ਕਰ ਦਿੰਦਾ ਹੈਗਾ। ਫਿਰ ਕਲਰ ਦੇ ਲਈ ਸਪੈਸ਼ਲ ਕਲਰ ਦਾ ਪ੍ਰੋਸੈਸਰ, ਲਾਈਵ ਕਲਰ ਜੀ। ਉਹ ਤੋਂ ਬਾਅਦ ਕੋਈ ਆਪਾਂ ਇਹਨੂੰ ਲੋਅ ਰੈਜੂਲੇਸ਼ਨ ਦਾ ਕੰਟੈਂਟ ਜਿਵੇਂ ਕੋਈ HD ਦਿੱਤਾ ਕੰਟੈਂਟ ਜਾਂ 2K ਦਿੱਤਾ, ਉਹਨੂੰ ਅਪਸਕੇਲਿੰਗ ਕਰਕੇ ਨੀਅਰ ਬਾਏ 4K ਤੇ ਲੈ ਜਾਏਗਾ, 4K XLT Pro ਆ ਗਿਆ। ਅੱਛਾ ਅੱਛਾ, ਮਤਲਬ ਕਹਿਣ ਤੋਂ ਭਾਵ ਵੀ ਜਿਹੜਾ ਸਿਗਨਲ ਵੀ ਆਊਗਾ ਉਸ ਨੂੰ ਵੀ ਅਪਸਕੇਲ ਕਰਕੇ ਉੱਪਰ ਲੈ ਲੇਗਾ। ਹਾਂ ਵੀ ਹਲਕੀ ਬਹੁਤੀ ਜਿਹੜੀ ਆਊਟਲਾਈਨਿੰਗ ਕਰਕੇ ਉਹਨੂੰ ਘੈਂਟ ਤਰੀਕੇ ਨਾਲ ਦਿਖਾ ਦੂਗਾ। ਫਿਰ ਆਪਾਂ ਨੂੰ ਜਿਹੜੀ ਨੇ ਪਿਕਚਰ ਦੇਣੀ ਆ ਉਹ ਸਿਨੇਮੈਟਿਕ ਦੇਣੀ ਆ, ਹੁਣ ਤੁਸੀਂ ਪਿਕਚਰ ਦਾ ਫੀਲ ਦੇਖੋ ਜੀ, ਸੇਮ ਥੀਏਟਰ ਫੀਲ ਜੀ, ਮਤਲਬ ਸੇਮ ਥੀਏਟਰ ਆਡੀਓ, ਸੇਮ ਥੀਏਟਰ ਵੀਡੀਓ, ਵੀਡੀਓ ਜੀ। ਇਹ ਆ ਗਿਆ ਬਰਾਵੀਆ 2, ਬਰਾਵੀਆ 2 ਇਹਦੇ ਵਿੱਚ ਵੀ ਤਕਰੀਬਨ ਆਪਾਂ ਨੂੰ ਮਿਲ ਜਾਂਦੇ ਆ ਸਾਰੇ ਸਾਈਜ਼, ਬਾਕੀ ਸਾਰੇ ਸਾਈਜ਼ ਦੇ ਵਿੱਚ ਜਿਵੇਂ ਪਲੇਸਟੇਸ਼ਨ ਮੋਡ ਆ ਗਿਆ, ਸਪੈਸ਼ਲੀ ਡੋਲਬੀ ਆਡੀਓ ਆ ਗਈ, ਗੇਮ ਮੈਨੂ ਆ, ਸਾਰੇ ਕੰਪਲੀਟ ਫੀਚਰ ਆ ਗਏ ਇਹਦੇ ਵਿੱਚ। ਮਤਲਬ ਕਹਿਣ ਤੋਂ ਭਾਵ ਵੀ ਘਰੇ ਇੱਕ ਕੰਪਲੀਟ ਜਿਹਾ ਟੀਵੀ ਘੱਟ ਪੈਸਿਆਂ ਦੇ ਵਿੱਚ, ਕੰਪਲੀਟ ਸੋਨੀ ਦਾ ਟੀਵੀ ਆਪਾਂ ਕਹਿੰਦੇ, ਸਭ ਪਿਕਚਰ ਪ੍ਰੋਸੈਸਰ ਵਧੀਆ ਹੋ ਗਿਆ, ਸਾਊਂਡ ਵਧੀਆ ਹੋ ਗਿਆ ਜੀ, ਗੇਮ ਮੈਨੂ ਹੋ ਗਿਆ ਬੱਚਿਆਂ ਨੂੰ, ਗੂਗਲ ਟੀਵੀ ਆ ਗਿਆ ਜੀ। ਤੇ ਇਸ ਤੋਂ ਅਗਰ ਥੋੜਾ ਜਿਹਾ ਪੈਸੇ ਫਿਰ ਬਰਾਵੀਆ 3 ਦੇ ਵਿੱਚ ਬੰਦੇ ਨੇ ਪੈਸੇ ਲਾਉਣੇ ਆ ਤਾਂ ਉਹਦੇ ਵਿੱਚ ਕੀ ਮਿਲ ਜਾਂਦਾ? ਉਹਦੇ ਵਿੱਚ ਫਿਰ ਆਪਾਂ ਨੂੰ ਪ੍ਰੋਸੈਸਰ AI ਆ ਗਿਆ ਜੀ। ਅੱਜ ਦੇ ਟਾਈਮ ਤੇ ਸਰ ਹਰ ਜਗ੍ਹਾ ਦੇਖਦੇ ਆ AI ਦੀ ਗੱਲ ਹੁੰਦੀ ਹੈਗੀ, ਤਾਂ ਆਪਾਂ ਨੂੰ ਕੀ ਆ ਟੀਵੀ AI ਮਿਲ ਗਿਆ, AI ਦੇ ਨਾਲ ਮਿਲ ਗਿਆ 4K HDR ਪ੍ਰੋਸੈਸਰ। AI ਨੇ ਤਾਂ ਆਪਣਾ ਕੰਮ ਕੀਤਾ, AI ਨੇ ਪਿਕਚਰ ਅਪਸਕੇਲਿੰਗ ਕਰਤੀ ਜੋ ਕਰਨੀ ਸੀ ਉਹਨੇ, ਆਪਣੇ ਕਨੈਕਟ ਫਿਕਸ ਲੈਵਲ ਤੱਕ ਉਹਨੇ ਕਰਤਾ, ਉਹ ਤੋਂ ਬਾਅਦ ਉਹਦੀ ਡਿਟ ਨਾਲ ਇਹਨਾਂ ਨੇ 4K HDR ਪ੍ਰੋਸੈਸਰ ਲਗਾਤਾ। ਉਹਦਾ ਬੈਨੀਫਿਟ ਕੀ ਹੋਇਆ ਆਪਾਂ ਨੂੰ, ਉਹ ਪਹਿਲਾਂ ਚੈੱਕ ਕਰ ਲੈਂਦਾ ਹੈਗਾ ਕਲਰ ਦੀ ਡਿਟੇਲ ਕਿੱਥੇ ਆ, ਉਹਦੀ ਬ੍ਰਾਈਟਨੈਸ ਕਿੰਨੀ ਹੋਣੀ ਚਾਹੀਦੀ ਹੈਗੀ, ਇਹ ਸਾਰੀ ਉਹਦੀ ਜਿਹੜੀ ਉਹਨੂੰ ਚੈੱਕ ਕਰਦਾ ਉਹ ਕਰਦਾ 4K ਪ੍ਰੋਸੈਸਰ। ਨਹੀਂ ਮਤਲਬ AI ਨੇ ਤਾਂ ਮੈਨੂੰ ਕੰਟੈਂਟ ਵੀ ਦੇਖਤਾ, ਮੇਰੇ ਸੁਭਾਅ ਦੇ ਮੁਤਾਬਕ, ਮੇਰੀ ਸਰਚ ਦੇ ਮੁਤਾਬਕ ਕੰਟੈਂਟ ਵੀ ਮੈਨੂੰ ਸੁਜੈਸਟ ਕਰਦਾ। AI ਪਿਕਚਰ ਦੇ ਉੱਪਰ ਕੰਮ ਕਰਦਾ, AI ਜਿਵੇਂ ਹੁਣ ਆਪਾਂ ਕੋਈ ਪਿਕਚਰ ਦੇਖ ਰਹੇ ਹਾਂ, ਮੂਵੀ ਦੇਖ ਰਹੇ ਹਾਂਗੇ, ਉਹਨੇ ਵਿੱਚ ਥੋੜ੍ਹੀ ਬਹੁਤ ਕਮੀ ਹੁੰਦੀ ਹੈ, ਡਿਟੇਲ ਦੀ ਹੁੰਦੀ ਹੈ। ਅੱਛਾ ਜੀ, ਉਹਨੂੰ ਇਹਨੇ ਅਪਸਕੇਲਿੰਗ ਕਰਤਾ AI ਨੇ। ਫਿਰ ਉਹਦੀ ਜੱਜਮੈਂਟ ਲਈ ਇੱਕ ਹੋਰ ਪ੍ਰੋਸੈਸਰ ਲੱਗਿਆ 4K HDR ਪ੍ਰੋਸੈਸਰ, ਵੀ AI ਨੇ ਜੋ ਅਪਸਕੇਲਿੰਗ ਕੀਤਾ ਉਹਨੂੰ AI ਉਹਨੂੰ 4K ਪ੍ਰੋਸੈਸਰ ਸਹੀ ਕਰ ਦਿੰਦਾ ਹੈ। ਕੀ ਬਾਤ, ਮਤਲਬ ਕਹਿਣ ਤੋਂ ਬਾਅਦ ਜੇ ਕੈਮਰੇ ਤੋਂ ਵੀ ਮਾੜੀ ਬਣ ਗਈ ਆ, ਉਹ ਇਹ 'ਚ ਮਾੜੀ ਨਹੀਂ ਦਿਸੂਗੀ, ਇਹਦੇ 'ਚ ਮਾੜੀ ਨਹੀਂ ਦਿਸੂਗੀ। ਤਾਂ ਇਹਦੇ ਵਿੱਚ ਵੀ ਬਾਈ ਸਾਰੇ ਸਾਈਜ਼ ਉਪਲਬਧ ਆ? ਇਹ 'ਚ ਸਾਰੇ ਸਾਈਜ਼ ਉਪਲਬਧ ਆ। ਇਹਦੇ 'ਚ ਆਪਾਂ ਨੂੰ ਫਿਰ ਜੇ ਬਰਾਵੀਆ 2 ਦੇ ਨਾਲੋਂ ਗੱਲ ਕਰੀਏ, ਆਪਾਂ ਨੂੰ ਕੀ ਜੋ ਅੱਜ ਦੇ ਟਾਈਮ ਦਾ ਟ੍ਰੈਂਡ ਆ ਜੀ, ਆਪਾਂ ਨੂੰ ਜਿੰਨਾ ਕੰਟੈਂਟ ਮਿਲ ਰਿਹਾ ਹੈਗਾ ਉਹ, ਹੁਣ ਨੈੱਟਫਲਿਕਸ ਦੀ ਗੱਲ ਕਰੀਏ, ਹੌਟਸਟਾਰ ਦੀ ਗੱਲ ਕਰੀਏ ਆਪਾਂ, ਤਾਂ ਐਮਾਜ਼ੋਨ ਦੀ ਗੱਲ ਕਰੀਏ, ਉੱਥੇ ਜਿੰਨਾ ਕੰਟੈਂਟ ਆ ਰਿਹਾ ਸਾਰਾ ਡੋਲਬੀ ਵਿਜ਼ਨ ਆ ਰਿਹਾ ਜੀ। HDR ਦਾ ਨੈਕਸਟ ਲੈਵਲ ਆ ਡੋਲਬੀ ਵਿਜ਼ਨ ਜੀ। ਡੋਲਬੀ ਵਿਜ਼ਨ ਦਾ ਬੈਨੀਫਿਟ ਕਿ ਮੋਸਟਲੀ ਮੂਵੀ ਤੁਸੀਂ ਜੇ ਹਾਲੀਵੁੱਡ ਦੇਖਦੇ ਹੋ ਜੀ, ਤਾਂ ਉਹ ਹੁੰਦੀ ਹੈ ਡਾਰਕ ਦੇ ਵਿੱਚ, ਤਾਂ ਡਾਰਕ ਦੇ ਵਿੱਚ ਡਿਟੇਲ ਆਪਾਂ ਨੂੰ ਡੋਲਬੀ ਵਿਜ਼ਨ ਬਹੁਤ ਵਧੀਆ ਪ੍ਰੋਵਾਈਡ ਕਰਦਾ ਹੈਗਾ ਜੀ, ਤਾਂ ਇਹ ਫਰਕ ਆ। ਫਿਰ ਇਹਦੇ ਵਿੱਚ ਆਪਾਂ ਨੂੰ ਜੋ ਆਡੀਓ ਮਿਲਦੀ ਹੈ ਉਹ ਮਿਲਦੀ ਹੈ ਐਟਮੋਸ ਆਡੀਓ,
ਨੋਰਮਲ ਡੋਲਬੀ ਆਡੀਓ ਆਉਂਦੀ ਸੀ, ਐਟਮੋਸ ਆਡੀਓ 'ਚ ਕੀ ਹੋ ਗਿਆ ਉਹ 180 ਡਿਗਰੀ, ਇਹ 360 ਡਿਗਰੀ ਸਰਾਊਂਡ ਪਿੱਜ ਦਿੰਦਾ ਆਪਾਂ ਨੂੰ, ਤਾਂ ਇਹਦਾ ਬੈਨੀਫਿਟ ਆ। ਪਲੱਸ ਫਿਰ ਆਪਾਂ ਨੂੰ ਇਹਦੇ ਵਿੱਚ ਸੋਨੀ ਪਿਕਚਰ ਕੋਰ ਮਿਲ ਗਿਆ, ਇੱਕ ਸਾਲ ਲਈ ਫ੍ਰੀ ਆ, 5 ਕ੍ਰੈਡਿਟ ਮਿਲ ਰਿਹਾ, ਜਿਹੜਾ ਵੀ ਕਿਸੇ ਵੀ ਪਲੇਟਫਾਰਮ 'ਤੇ ਅਵੇਲੇਬਲ ਨਹੀਂ, ਸਿਰਫ ਸੋਨੀ ਟੀ ਵੀ ਨੂੰ ਛੱਡ ਕੇ। ਮਤਲਬ ਕਹਿਣ ਤੋਂ ਮੈਂ ਤੁਹਾਡੇ ਤੋਂ ਟੀ ਵੀ ਖਰੀਦੂੰਗਾ, ਤੁਸੀਂ ਮੈਨੂੰ ਆਹ ਚੀਜ਼ ਮੇਰੇ ਨਾਲ ਇਹਦੇ ਨਾਲ ਦੇ ਦਿਓਗੇ? ਹਾਂਜੀ ਹਾਂ, ਇਹ ਇੱਕ ਸਾਲ ਲਈ ਮੈਨੂੰ ਇਹ ਅਤੇ ਸਾਰੀਆਂ ਫਿਲਮਾਂ ਮੈਂ ਦੇਖ ਸਾਲ ਲਈ ਜੋ ਸੋਨੀ ਨੇ ਹੁਣ ਤੱਕ ਜਿੰਨੀ ਵੀ ਕਲੈਕਸ਼ਨਾਂ ਬਣਾਈ ਆ ਉਹ ਸਾਰੀ ਅਵੇਲੇਬਲ ਆ, ਫ੍ਰੀ ਆਫ ਕੋਸਟ ਆ, ਅਤੇ 5 ਕ੍ਰੈਡਿਟ ਜੋ ਲੇਟੈਸਟ ਮੂਵੀਜ਼ ਆਈਆਂ ਜਾਂ ਆਉਣ ਵਾਲੀਆਂ ਮੂਵੀਆਂ ਤੁਸੀਂ ਉਹਦੇ ਲਈ ਯੂਜ਼ ਕਰ ਸਕਦੇ ਹੋ, ਪਲੱਸ ਜੋ ਸੋਨੀ ਦੀ ਪਹਿਲਾਂ ਦੀ ਕਲੈਕਸ਼ਨ ਪਈ ਆ ਉਹ ਫ੍ਰੀ ਆਫ ਕੋਸਟ ਆ ਗਈ, ਅਤੇ ਜਿਹੜੀ ਇਹਦੀ ਕੁਆਲਿਟੀ ਆ ਉਹ ਆਪਾਂ ਨੂੰ ਆਈਮੈਕਸ ਤੱਕ ਪਲੇ ਮਿਲ ਜਾਂਦੀ ਹੈ, ਅਤੇ ਨੈਕਸਟ ਪਿਕਸ ਤੋਂ 4 ਗੁਣਾ ਵਧੀਆ ਕੁਆਲਿਟੀ ਆ। ਠੀਕ ਹੈ, ਇਹ ਆ ਗਿਆ ਬਰਾਵੀਆ 3, ਇਹ ਬਰਾਵੀਆ 3 ਆ ਗਿਆ, ਆ ਗਿਆ 4, ਇਹ ਆ ਗਿਆ XR90L ਜੀ। ਇਹਦਾ ਬੈਨੀਫਿਟ ਕੀ ਆ, ਉਹ ਟੀਵੀ ਜਿਹੜਾ ਸੀਗਾ ਆਪਣਾ AI ਆ ਪਲੱਸ XR ਕੋਗਨੇਟਿਵ ਇੰਟੈਲੀਜੈਂਸ ਜੀ, ਥਿੰਕ ਲਾਈਕ ਹਿਊਮਨ ਬ੍ਰੇਨ, ਇਹ ਜਿਹੜਾ ਆਪਣਾ XR ਪ੍ਰੋਸੈਸਰ ਆ ਹਿਊਮਨ ਦਿਮਾਗ ਦੀ ਤਰ੍ਹਾਂ ਸੋਚਦਾ, AI ਨੇ ਤਾਂ ਆਪਣਾ ਕੰਮ ਕਰਨੇ ਕਰਨਾ, ਉਹ ਤੋਂ ਬਾਅਦ XR ਨੇ ਆਪਣਾ ਕੰਮ ਕਰਨਾ ਗਾ ਜੀ। ਸੋਚੂਗਾ ਕਿਵੇਂ, ਮਤਲਬ ਦਿਮਾਗ ਬੰਦੇ ਵਾਂਗੂ ਕਿਵੇਂ ਸੋਚੂਗਾ, ਬੰਦੇ ਵਾਂਗੂ ਸੋਚੂਗਾ, ਹੁਣ ਆਪਾਂ ਗੱਲ ਕਰ ਰਹੇ ਹਾਂ ਆਪ ਜੀ, ਤੁਹਾਨੂੰ ਪਤਾ ਮੇਰੇ ਟੇਸਟ ਦਾ ਵੀ ਉਹ ਕਿੱਦਾਂ ਦੀ ਗੱਲ ਕਰ ਰਿਹਾ ਗਾ, ਕਿੱਦਾਂ ਦੀ ਉਹਨੂੰ ਟੋਕ ਕਰਨੀ ਹੈਗੀ, ਕਿੱਦਾਂ ਦੀ ਪਿਕਚਰ ਡਿਲੀਵਰ ਕਰਨੀ ਹੈ ਕੰਟੈਂਟ, ਤਾਂ ਇਹ ਪੂਰੀ ਜੱਜਮੈਂਟ ਕਰਦਾ AI ਤੋਂ ਬਾਅਦ XR ਜੱਜਮੈਂਟ ਕਰਦਾ ਹੈਗਾ ਜੀ, ਵੀ ਪਿਕਚਰ ਨੂੰ ਕਿੱਦਾਂ ਦਾ ਟੈਕਸਚਰ ਚਾਹੀਦਾ, ਕਿੱਦਾਂ ਦੀ ਆਪਾਂ ਇੱਕ ਹਿਊਮਨ ਪਿਕਚਰ ਦੇਖਣਾ ਅਤੇ ਸੁਣਨਾ ਪਸੰਦ ਕਰਦਾ। ਅੱਛਾ, ਉਹ ਕੰਮ ਇਹ ਕਰਦਾ AI ਪਲੱਸ XR CI। ਮਤਲਬ ਮੈਂ ਜਿਹੜੇ ਕਮਰੇ 'ਚ ਬੈਠਾ ਹਾਂਜੀ, ਉੱਥੇ ਮੈਨੂੰ ਕਿਸ ਤਰ੍ਹਾਂ ਦੀ ਲਾਈਟ ਦੇ ਵਿੱਚ ਕਿਸ ਤਰ੍ਹਾਂ ਦੀ ਪਿਕਚਰ ਮੈਨੂੰ ਦਿਖਾਊਗਾ, ਉਹ ਵੀ ਐਡਜਸਟਮੈਂਟ ਆਟੋਮੈਟਿਕ ਕਰੂਗਾ, ਮੈਨੂੰ ਇੱਥੇ ਸਾਊਂਡ ਕਿੰਨਾ ਅਤੇ ਕਿਸ ਤਰ੍ਹਾਂ ਦਾ ਚਾਹੀਦਾ ਉਹ ਵੀ ਮੈਨੂੰ ਦੇਖ ਕੇ ਐਡਜਸਟ ਕਰੂਗਾ। ਇਹ ਜਿਹੜਾ XR ਆ ਇਹ ਪਿਕਚਰ ਅਤੇ ਸਾਊਂਡ ਦੋਨਾਂ ਦੇ ਉੱਪਰ ਵਰਕ ਕਰਦਾ, ਚਾਹੇ ਇਹਨੂੰ ਤੁਸੀਂ 2.1 ਚੈਨਲ ਸਾਊਂਡ ਦੇ ਦਿਓ, ਇਹਨੇ ਤੁਹਾਨੂੰ 5.1/2 'ਚ ਕਨਵਰਟ ਕਰਕੇ ਦੇ ਦੇਣੀ ਆ। ਕਹਿਣ ਤੋਂ ਭਾਵ ਵੀ ਇਹ ਬੰਦੇ ਦਾ ਸਭ ਤੋਂ ਪਹਿਲਾਂ ਸੁਭਾਅ ਦੇਖੂਗਾ ਕਿ ਅੱਜ ਉਹਦਾ ਮੂਡ ਕਿਹੋ ਜਿਹਾ ਅਤੇ ਇਨਵਾਇਰਨਮੈਂਟ ਇਹਦੇ ਆਲੇ ਦੁਆਲੇ ਕਿਹੋ ਜਿਹਾ, ਫਿਰ ਮੈਨੂੰ ਉਸ ਤਰ੍ਹਾਂ ਦਾ ਇਹ ਕੰਟੈਂਟ ਬਣਾ ਕੇ ਦੇਊਗਾ, ਕੰਟੈਂਟ ਬਣਾ ਕੇ ਦੇਊਗਾ। ਫਿਰ ਉਹ ਤੋਂ ਬਾਅਦ ਜਿਵੇਂ ਆਪਾਂ ਉਹ 'ਚ ਆਈਮੈਕਸ ਦੀ ਗੱਲ ਕੀਤੀ, ਹੁਣ ਆਪਾਂ ਸੋਨੀ ਪਿਕਚਰ ਕੋਰ ਓਪਨ ਕੀਤਾ ਤਾਂ ਇੱਥੇ ਜਿੰਨਾ ਕੰਟੈਂਟ ਆ ਇਹਦੇ ਵਿੱਚ ਆਈਮੈਕਸ ਦੇ ਵਿੱਚ ਅਵੇਲੇਬਲ ਆ, ਅਤੇ ਜਿਹੜਾ ਵੀ ਕਿਸੇ ਵੀ ਪਲੇਟਫਾਰਮ 'ਤੇ ਆਈਮੈਕਸ ਅਵੇਲੇਬਲ ਨਹੀਂ ਹੈਗਾ ਗਾ। ਇੱਕ ਤਾਂ ਕੁਆਲਿਟੀ ਆ ਗਈ ਬਾਈ, ਇੱਕ ਆ ਗਿਆ, ਇੱਕ ਦੂਜਾ ਜਿਹੜਾ ਬੋਲ ਕੇ ਵਾਲਾ ਉਹ ਸਾਰੇ ਚੱਲਦੇ ਆ ਜਾਂ ਸਾਰੇ ਚੱਲਦੇ ਆ? ਵੈਸੇ ਤਾਂ ਸਾਰੇ ਚੱਲਦੇ ਆ, ਆਪਣੇ ਜਿਹੜੇ ਬਰਾਵੀਆ 3 ਤੋਂ ਬਾਅਦ ਜਿੰਨੇ ਮਾਡਲ ਆ ਗਏ ਸਾਰੇ ਹੈਂਡ ਫਰੀ ਵੋਇਸ ਕੰਟਰੋਲ ਦੇ ਨਾਲ ਆ। ਜਿਵੇਂ ਆਪਾਂ ਕੋਈ ਸਰਚ ਕਰਨਾ, ਜਿਵੇਂ ਆਪਾਂ ਹੁਣ ਕੋਈ ਇਹਦੇ ਉੱਪਰ ਮੂਵੀਜ਼ ਆਪਾਂ ਸਰਚ ਕਰਨੀ, ਜਿਵੇਂ ਟੇਸਟ ਆ ਮੇਰਾ ਮੈਂ ਐਕਸ਼ਨ ਮੂਵੀ ਦੇਖਣੀ ਆ, ਤਾਂ ਇਹਨੇ ਕੀ ਐਕਸ਼ਨ ਮੂਵੀ ਆਪਾਂ ਨੂੰ ਸਰਚ ਕਰਕੇ ਦੇ ਦੇਣੀ ਹੈਗੀ ਜੀ। ਜਿਵੇਂ ਹੁਣ ਟੀਵੀ, ਓਕੇ ਗੂਗਲ ਸ਼ੋ ਮੀ ਐਕਸ਼ਨ ਮੂਵੀਜ਼, ਇਹਨੇ ਆਪਾਂ ਨੂੰ ਐਕਸ਼ਨ ਮੂਵੀ ਕੱਢ ਕੇ ਦਿੱਤੀਆਂ। ਜੇ ਮੰਨ ਲਓ ਹੁਣ ਕੋਈ ਆਪਾਂ ਵੈਬ ਸੀਰੀਜ਼ ਦੇਖਦੇ ਹਾਂ, ਉਹ 'ਚ ਵੀ ਆਪਣਾ ਟੇਸਟ ਆ ਵੀ ਆਪਾਂ ਇਹੀ ਦੇਖਣੀ ਹੈਗੀਆਂ, ਤਾਂ ਉਹਦੇ ਵਿੱਚ ਆਪਾਂ ਸਰਚ ਕਰਾਂਗੇ, ਓਕੇ ਗੂਗਲ ਸ਼ੋ ਮੀ ਥ੍ਰਿਲਰ ਵੈਬ ਸੀਰੀਜ਼। ਲਓ ਜੀ ਇਹਨੇ ਕੱਢ ਕੇ ਦੇ ਦਿੱਤੀਆਂ, ਇਹਨੇ ਕੱਢ ਕੇ ਦੇ ਦਿੱਤੀ। ਮਤਲਬ ਕੱਲਾ ਇਹੀ ਕਰੂਗਾ ਜਾਂ ਗੂਗਲ ਤੇ ਕੁਝ ਵੀ ਸਰਚ ਕਰ ਸਕਦਾ? ਗੂਗਲ ਤੇ ਟੈਂਪਰੇਚਰ ਪੁੱਛਣਾ, ਟੈਂਪਰੇਚਰ ਵੀ ਪੁੱਛ ਸਕਦੇ ਆ ਜੀ। ਓਕੇ ਗੂਗਲ ਟੂਡੇ ਟੈਂਪਰੇਚਰ ਇਨ ਬਠਿੰਡਾ। ਮਤਲਬ ਕਹਿਣ ਤੋਂ ਭਾਵ ਇਹ ਆ ਵੀ ਇਹ ਇੱਕ ਪੂਰਾ ਬਣਿਆ ਤਣਿਆ
ਇੱਕ ਸਰਚ ਇੰਜਨ ਹੈ, ਸਰਚ ਇੰਜਨ ਹੈ ਤੇ ਜਿਹੜਾ ਤੁਹਾਡੇ ਸੁਭਾਅ ਦੇ ਮੁਤਾਬਕ ਵੀ ਸਰਚ ਕਰਕੇ ਦਿੰਦਾ। ਬਾਈ ਜੀ ਇਕੱਲਾ ਸਰਚ ਇੰਜਨ ਨਹੀਂ, ਈਜ਼ੀ ਸਰਚ ਇੰਜਨ ਹੈ ਜੀ। ਕੰਟੈਂਟ ਇੰਨਾ ਜ਼ਿਆਦਾ ਪਿਆ, ਇੰਨੀਆਂ ਮੂਵੀਜ਼ ਪਈਆਂ, ਇੰਨਾ ਜ਼ਿਆਦਾ ਕੰਟੈਂਟ ਪਿਆ, ਜੇ ਤੁਸੀਂ ਆਪਦੀ ਮਰਜ਼ੀ ਦਾ ਲੱਭਣ ਲੱਗ ਜਾਓਗੇ ਸ਼ਾਇਦ ਤੁਹਾਨੂੰ ਅੱਧਾ ਘੰਟਾ ਲੱਗ ਜੇ, ਪਰ ਅਗਰ ਤੁਸੀਂ ਬੋਲ ਕੇ ਲੱਭਦੇ ਹੋ ਤੁਹਾਨੂੰ 1 ਸੈਕਿੰਡ 'ਚ ਉਹਦਾ ਰਿਜ਼ਲਟ ਮਿਲ ਜਾਂਦਾ। ਯਾਰ ਗੱਲ ਮੁਕਾ ਦਿਓ, ਇਹ ਤੁਹਾਡੇ ਘਰੇ ਬੰਦਾ ਜਿਹੜਾ ਤੁਹਾਡੀ ਗੱਲ ਸੁਣ ਵੀ ਰਿਹਾ, ਜਿਹੜਾ ਤੁਹਾਨੂੰ ਸਮਝ ਵੀ ਰਿਹਾ, ਜਿਹੜਾ ਤੁਹਾਡਾ ਸੁਭਾਅ ਵੀ ਦੇਖ ਰਿਹਾ, ਜਿਹੜਾ ਤੁਹਾਡੇ ਨਾਲ ਗੱਲ ਵੀ ਕਰ ਰਿਹਾ ਤੇ ਜਿਹੜਾ ਤੁਹਾਨੂੰ ਜਵਾਬ ਵੀ ਦੇ ਰਿਹਾ ਜੀ। ਇਹ ਚੀਜ਼ ਹੈ ਜੀ ਕਿ ਤੁਹਾਨੂੰ ਈਜ਼ ਕਰਤੀ ਵੀ ਇੰਨੀ ਜ਼ਿਆਦਾ, ਇੰਨੀਆਂ ਲੱਖਾਂ ਮੂਵੀਆਂ 'ਚੋਂ ਮੂਵੀ ਲੱਭਣੀ ਕਿੱਥੇ ਪਈ ਆ, ਉਹ ਸਾਰਾ ਕੰਮ ਈਜ਼ੀ ਕਰਤਾ ਜੀ। ਇੱਕ ਬੋਲਣਾ ਤੇ ਇਹਨੇ ਰਿਪਲਾਈ ਕਰ ਦੇਣਾ ਤੇ ਚੱਲਦਾ ਹੀ ਕਰ ਦੇਣਾ ਜੀ। ਤੇ ਇਹ ਆ ਗਿਆ, ਇਹਦੇ ਵਿੱਚ ਸਾਰੇ ਸਾਈਜ਼ ਹੈਗੇ ਆ ਜੀ। ਇਹਦੇ 'ਚ ਆਪਣੇ ਕੋਲ ਇਸ ਸਾਲ 2 ਸਾਈਜ਼ ਆ ਰਹੇ ਆ, 55 ਇੰਚ ਅਤੇ 65 ਇੰਚ। ਅਤੇ ਇਹ 3 ਸਾਲ ਦੀ ਇਹ ਵੀ ਵਾਰੰਟੀ ਦੇ ਨਾਲ, 3 ਸਾਲ ਦੀ ਵਾਰੰਟੀ ਦੇ ਨਾਲ ਆਈ ਕੰਪਲੀਟ। ਇਸ ਤੋਂ ਅੱਗੇ ਆ ਜੀ, ਇਹ ਆ ਗਿਆ 4, ਇਹ ਆ ਗਿਆ ਜੀ ਬਰਾਵੀਆ 7 ਸਾਡਾ 7। ਇਸ ਸਾਲ ਦਾ ਬਹੁਤ ਹੀ ਮਤਲਬ ਸਰਚ ਕਰਕੇ ਬਣਾਇਆ ਹੋਇਆ ਬਹੁਤ ਵਧੀਆ ਮਾਡਲ ਜੀ। ਇਸ ਸਾਲ ਦਾ ਬੈਸਟ ਮਾਡਲ ਰਹਿਣ ਵਾਲਾ ਜੀ, ਦੀਵਾਲੀ ਲਈ ਸਪੈਸ਼ਲ ਮਾਡਲ ਹੈ ਜੀ। ਜਿਹੜਾ ਬੰਦਾ ਇਸ ਟੀਵੀ ਦਾ 55 ਇੰਚ ਖਰੀਦਦਾ ਜੀ ਜੀ, ਉਹਨੂੰ 43 ਇੰਚ ਦੀ 4K ਟੀਵੀ ਉਹਦੇ ਨਾਲ ਫ੍ਰੀ ਹੈ ਜੀ। ਅੱਛਾ ਜੀ। ਅਗਰ ਕੋਈ ਬੰਦਾ ਇਸ ਟੀਵੀ ਦੇ ਨਾਲ ਹੋਮ ਥੀਏਟਰ ਸਾਡੇ ਤੋਂ ਖਰੀਦਦਾ, ਕੰਪਲੀਟ ਸਿਨੇਮਾ ਆਪਣੇ ਘਰੇ ਬਣਾਉਂਦਾ, ਤਾਂ ਉਹਨੂੰ ਰੀਅਰ ਸਪੀਕਰ 30,000 ਰੁਪਏ ਦੇ ਬਿਲਕੁਲ ਫ੍ਰੀ ਦੇ। ਮਤਲਬ ਜੇ ਮੈਂ ਤੁਹਾਡੇ ਤੋਂ ਆਹ ਖਰੀਦ ਲਿਆ, ਇੱਕ ਮੈਂ ਤੁਹਾਡੇ ਤੋਂ ਆਹ ਖਰੀਦ ਲਿਆ, ਹਾਂਜੀ, ਤਾਂ ਤੁਸੀਂ ਮੈਨੂੰ ਇਹਦੇ ਨਾਲ ਤੁਹਾਨੂੰ 43 ਇੰਚ ਦਾ ਟੀਵੀ ਫ੍ਰੀ ਦੇਵਾਂਗੇ ਜੀ, ਗੂਗਲ ਟੀਵੀ ਜੀ। ਇਸ ਦੇ ਨਾਲ ਸਾਊਂਡ ਬਾਰ ਦੇ ਨਾਲ ਤੁਹਾਨੂੰ ਅਸੀਂ ਰੀਅਰ ਸਪੀਕਰ 30,000 ਦੇ ਫ੍ਰੀ ਆਫ ਕੋਸਟ ਦੇਵਾਂਗੇ। ਮਤਲਬ ਵਾਲੀ ਦੀ ਆਫਰ ਹੈ, ਮਤਲਬ ਕਹਿਣ ਤੋਂ ਭਾਵ ਵੀ ਜੇ ਮੈਂ ਕੋਈ ਬੰਦਾ 2 ਟੀਵੀ ਖਰੀਦਣ ਬਾਰੇ ਸੋਚ ਰਿਹਾ, ਉਹ ਇਹਨੂੰ 1 ਨੂੰ ਲੈ ਲੇ, ਉਹਨੂੰ 2 ਟੀਵੀ ਮਿਲ ਜਾਣੇ ਆ। ਜੇ ਉਹ ਸਾਊਂਡ ਖਰੀਦਣਾ ਚਾਹੁੰਦਾ ਤਾਂ ਉਹਨੂੰ ਰੀਅਰ ਸਪੀਕਰ ਮਿਲ ਜਾਣੇ ਆ, ਔਰ 3 ਸਾਲ ਦੀ ਟੀਵੀ ਦੀ ਕੰਪਲੀਟ ਵਾਰੰਟੀ ਹੈ ਜੀ। ਇਹ ਦੀਵਾਲੀ ਦੀ ਆਫਰ। ਲਓ ਜੀ, ਇਹ ਦੀਵਾਲੀ ਦੀ ਆਫਰ ਆ, 2 ਦੀਵਾਲੀ ਦੀਆਂ ਵੱਡੀਆਂ ਆਫਰਾਂ, ਅਤੇ ਬਜਾਜ ਕਾਰਡ 'ਤੇ ਇਹਨੂੰ ਵੀ ਲੈ ਸਕਦੇ ਹਾਂ। ਬਜਾਜ ਕਾਰਡ 'ਤੇ ਲਓਗੇ ਤਾਂ ਜੀ ਇਹ 4,000 ਦਾ ਟੀਵੀ ਹੈ ਪਰ ਇੰਸਟਾਲਮੈਂਟ ਹੈ ਜੀ, ਔਰ ਅਗਰ ਸਾਊਂਡ ਬਾਰ ਨਾਲ ਖਰੀਦੋਗੇ ਤਾਂ 2499 ਦੀ ਹੈ, 2499 ਦੀ ਹੈ, ਅਤੇ ਪੂਰੇ ਇੰਡੀਆ ਦਾ ਬਜਾਜ ਕਾਰਡ ਇੱਥੇ ਚੱਲ ਸਕਦਾ। ਔਰ ਇਹਦੇ ਵਿੱਚ ਖਾਸੀਅਤ ਕੀ ਹੈ, ਇਹਦੇ ਫੀਚਰਸ ਕੀ ਹੈ, ਉਹ ਪੁਸ਼ਪਿੰਦਰ ਤੁਹਾਨੂੰ ਜੀ ਡਿਟੇਲ ਦੇ। ਹਾਂਜੀ ਜਿਹੜਾ ਇਹ ਟੀਵੀ ਆ ਗਿਆ, ਇਹ ਆ ਗਿਆ ਮਿੰਨੀ LED ਇਸ ਸਾਲ ਦਾ ਜੀ। ਮਿੰਨੀ LED ਦੇ ਵਿੱਚ ਕੀ ਫਾਇਦਾ ਆਪਾਂ ਨੂੰ, ਇਹਦੇ ਵਿੱਚ ਬੈਕਲਾਈਟ ਮਾਸਟਰ ਡਰਾਈਵ ਲੱਗੀ ਹੋਈ ਆ ਜੀ। ਹਾਂਜੀ, ਬੈਕਲਾਈਟ ਮਾਸਟਰ ਡਰਾਈਵ ਦੇ ਵਿੱਚ ਕੀ ਆ, ਪੂਰੀ ਸਕਰੀਨ ਦੇ ਪਿੱਛੇ ਬੈਕਲਾਈਟ ਲੱਗੀ ਹੋਈ ਹੈ, ਅਤੇ ਇਹਨੂੰ ਕੰਟਰੋਲ ਕਰਨ ਦੇ ਲਈ ਡਰਾਈਵਰ IC ਯੂਨਿਟ ਲੱਗਿਆ ਹੋਇਆ ਜਿਹੜਾ ਪੂਰੀ ਬੈਕਲਾਈਟ ਨੂੰ ਕੰਟਰੋਲ ਕਰਦਾ ਹੈਗਾ ਜੀ। ਤਾਂ ਇਹ ਆ ਮਿੰਨੀ LED। ਫਿਰ ਇਹਦਾ ਬੈਨੀਫਿਟ ਕੀ ਆ, ਇਹ ਐਡਵਾਂਸ ਪ੍ਰੋਸੈਸਰ ਦੇ ਨਾਲ ਕੰਮ ਕਰਦੀ ਆ, AI+XR ਦੇ ਨਾਲ ਜੀ। ਜਿਹੜਾ ਉਹ ਮਨੁੱਖੀ ਸੁਭਾਅ ਵਾਲਾ ਕੇਸ ਆ, ਉਹ ਇਹਦੇ 'ਚ ਵੀ ਆ ਗਿਆ, ਇਹਦੇ 'ਚ ਉਦੋਂ ਵੀ ਸੁਧਰ ਕੇ ਆ ਗਿਆ, ਇਹ 'ਚ ਉਸ ਤੋਂ ਵੀ ਸੁਧਰ ਕੇ ਆ ਗਿਆ। ਇਹਦੇ ਪਿੱਛੇ ਜਿਹੜੀਆਂ ਲਾਈਟਸ ਲੱਗੀਆਂ ਨੇ ਜੀ, ਉਹ ਕੰਟਰੋਲ ਕੀਤੀਆਂ ਹੋਈਆਂ ਨੇ, ਕਿੱਥੇ ਕਿੱਥੇ ਲਾਈਟ ਵੱਧ ਦੇਣੀ ਹੈ, ਘੱਟ ਦੇਣੀ ਆ, ਇਹ ਚਿਪ ਕੰਟਰੋਲ ਕਰ ਰਹੀ ਹੈ। ਐਡਵਾਂਸ AI ਪ੍ਰੋਸੈਸਰ ਹੈ, ਕੋਗਨੇਟਿਵ ਇੰਟੈਲੀਜੈਂਟ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਜੀ। ਮਤਲਬ ਕੰਪਲੀਟ ਪੈਕੇਜ ਹੈ, ਹਰ ਚੀਜ਼ ਆ, ਹਰ ਫੀਚਰ ਹੈ ਜੀ, ਜਿਹੜਾ ਕਿ ਬੈਸਟ ਪਿਕਚਰ ਤੁਹਾਨੂੰ ਨੈਟਫਲਿਕਸ ਕੈਲੀਬਰੇਟਡ ਮੋਡ ਹੈ, ਹਰ ਚੀਜ਼ ਹੈ ਜੀ ਇਸ ਟੀਵੀ ਦੇ ਵਿੱਚ ਜੀ। ਉਸ ਤੋਂ ਬਾਅਦ ਫਿਰ ਆਪਾਂ ਨੂੰ ਸੇਮ ਜੋ ਸਟੂਡੀਓ ਦੇ ਵਿੱਚ ਕੁਆਲਿਟੀ ਰਿਕਾਰਡ ਹੋ ਗਈ, ਜਿਵੇਂ ਸੋਨੀ ਪਿਕਚਰ ਕੋਰ ਹੋ ਗਿਆ, ਨੈਟਫਲਿਕਸ ਹੋ ਗਿਆ, ਪ੍ਰਾਈਮ ਵੀਡੀਓ ਆ ਗਿਆ, ਤਾਂ ਤਿੰਨਾਂ ਦੇ ਆਪਾਂ ਨੂੰ ਕੈਲੀਬਰੇਟਡ ਮੂਡ ਮਿਲ ਜਾਣਗੇ, ਜੋ ਇਹਨਾਂ ਨੇ ਓਰੀਜਨਲ ਕੰਟੈਂਟ ਕ੍ਰੀਏਟ ਕੀਤਾ
ਤਾਂ ਸੇਮ ਆਪਾਂ ਨੂੰ ਡਿਲੀਵਰ ਕਰ ਦੇ। ਜੋ ਸਟੂਡੀਓ ਦੇ ਵਿੱਚ ਬਣਿਆ ਜੀ, ਜੋ ਸਟੂਡੀਓ ਦੇ ਵਿੱਚ ਬਣਿਆ ਸੇਮ ਟੂ ਸੇਮ ਇੱਥੇ ਆਪਾਂ ਦੇਖ ਸਕਦੇ। ਮਤਲਬ ਕੁਆਲਿਟੀ ਡਾਊਨ ਨਹੀਂ ਜਾਊਗੀ ਬਿਲਕੁਲ, ਉਸ ਲੈਵਲ ਤੇ ਟੀਵੀ ਉਹਨੂੰ ਪ੍ਰੋਸੈਸ ਕਰਕੇ ਦਿਖਾਓ। ਹਾਂ ਵੀ ਮਤਲਬ ਕਹਿਣ ਤੋਂ ਭਾਵ ਵੀ ਕਈ ਬੰਦਿਆਂ ਨੇ ਹੁਣ ਟੀਵੀ ਦੇ ਵਿੱਚ ਸਮਰੱਥਾ ਹੈਗੀ ਆ, ਪਰ ਸਾਹਮਣੇ ਵਾਲੇ ਨੇ ਕੰਟੈਂਟ ਨਹੀਂ ਉਨੀ ਸਮਰੱਥਾ ਵਾਲਾ ਪਾਇਆ, ਤਾਂ ਇਹਨਾਂ ਨੇ ਕੀ ਕਰ ਲਿਆ ਕਿ ਉਹਨਾਂ ਨਾਲ ਕੋਲੈਬੋਰੇਟ ਕਰਕੇ ਉਨੀ ਸਮਰੱਥਾ ਵਾਲਾ ਕੰਟੈਂਟ ਵੀ ਪਾਤਾ ਇਹਦੇ ਵਿੱਚ, ਕੰਟੈਂਟ ਦੇ ਬਰਾਬਰ ਟੀਵੀ ਬਣਾ ਦਿੱਤਾ। ਠੀਕ ਆ, ਤੇ ਕੰਟੈਂਟ ਕਿੰਨਾ ਮਿਲ ਜਾਂਦਾ ਫ੍ਰੀ ਇਹਦੇ ਨਾਲ? ਇਹਦੇ ਦੇ ਵਿੱਚ ਆਪਾਂ ਨੂੰ 3 ਮਹੀਨੇ ਸੋਨੀ ਲਈ ਫ੍ਰੀ ਮਿਲਦਾ ਜੀ, 2 ਸਾਲ ਲਈ ਸੋਨੀ ਦਾ ਖੁਦ ਦਾ ਪਿਕਚਰ ਕੋਰ ਫ੍ਰੀ ਮਿਲਦਾ, ਤੇ ਉਹਦੇ 10 ਕ੍ਰੈਡਿਟ ਮਿਲਦੇ ਆ ਜੀ ਇਹਦੇ ਵਿੱਚ। ਮਤਲਬ ਕਹਿਣ ਤੋਂ ਭਾਵ ਜੇ ਕੋਈ ਬੰਦਾ ਚਾਹੁੰਦਾ ਦੇਖਣਾ ਚਾਹੁੰਦਾ ਤਾਂ ਉਹਦਾ ਨੈੱਟ ਦਾ ਕਨੈਕਸ਼ਨ ਚਾਹੀਦਾ, ਜਿੰਨਾ ਮਰਜ਼ੀ ਕੰਟੈਂਟ ਦੇਖੀ ਜਾਵੇ, ਜਿੰਨਾ ਮਰਜ਼ੀ ਕੰਟੈਂਟ ਦੇਖੀ ਜਾਵੇ। ਜੋ ਲੇਟੈਸਟ ਕਲੈਕਸ਼ਨ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਰਿਪੀਟ ਕਰ, ਉਹ ਉਹਦੇ ਲਈ ਕ੍ਰੈਡਿਟ ਦਿੱਤੇ ਹੋਏ ਆ ਕੰਪਨੀ ਨੇ, ਜੋ ਪਹਿਲਾਂ ਦੀ ਮੂਵੀਜ਼ ਅਵੇਲੇਬਲ ਆ ਉਹ ਫ੍ਰੀ ਆਫ ਕੋਸਟ ਆਪਾਂ ਦੇਖ ਸਕਦੇ ਹਾਂ ਜੀ। ਅਤੇ ਆਈਮੈਕਸ ਦਾ ਸਭ ਤੋਂ ਵੱਡਾ ਐਡਵਾਂਟੇਜ ਇਹ ਆ ਵੀ ਇਹਦੀ ਜਿਹੜੀ ਮਿਨੀਮਮ ਰਿਕਾਰਡਿੰਗ ਆ ਉਹ ਵੀ 4K ਦੀ ਆ ਜੀ। ਤੇ ਇਹਦੇ ਇਹਦੇ ਵਿੱਚ ਵੀ ਬਾਈ ਸਾਰੇ ਸਾਈਜ਼ ਹੈਗੇ ਆ, ਇਹ 'ਚ ਸਾਰੇ ਸਾਈਜ਼ ਆਉਂਦੇ ਆ, ਇਹਦੇ ਵਿੱਚ ਸਾਰੇ ਸਾਈਜ਼ ਹੈਗੇ ਆ। ਉਹ ਪੈਸਿਆਂ ਦੇ ਹਿਸਾਬ ਨਾਲ, ਆਪਦਾ ਖਰਚੇ ਦੇ ਹਿਸਾਬ ਨਾਲ ਬੰਦਾ ਇਹ ਇਸ ਚੀਜ਼ ਨਾਲ ਪਿਓਰ ਥੀਏਟਰ ਬਣ ਜੂ। ਕਸਟਮਰ ਦੇ ਬਜਟ ਤੇ ਡਿਪੈਂਡ ਕਰਦਾ, 55 ਇੰਚ, 65 ਇੰਚ, 75 ਇੰਚ, ਕੋਈ ਇੱਕ ਇੱਕ ਸਾਊਂਡ ਕਿਸ ਲੈਵਲ ਤੇ ਲੈ ਗਿਆ ਇਹ ਸਾਊਂਡ? ਸਾਊਂਡ ਇਹਦੀ ਆਪਣੇ ਕੋਲੇ ਮਿਲ ਜਾਂਦੀ ਹੈ ਡੋਲ, ਜਿਵੇਂ ਇਹਦੇ ਵਿੱਚ ਆਪਾਂ ਨੂੰ ਆਈਮੈਕਸ ਮਿਲ ਗਿਆ, ਡੋਲਬੀ ਵਿਜ਼ਨ ਮਿਲ ਗਿਆ, ਡੋਲਬੀ ਐਟਮੋਸ ਮਿਲ ਗਿਆ, ਫਿਰ ਆਪਾਂ ਜਿਹੜਾ ਜੇ ਆਪਾਂ ਨਾਲ ਹੋਮ ਥੀਏਟਰ ਲਾਇਆ ਹੋਇਆ ਤਾਂ ਐਟਮੋਸ ਪਲੱਸ ਡੀਟੀਐਸ ਆਪਾਂ ਨੂੰ ਸਾਊਂਡ ਡਿਲੀਵਰ ਕਰ ਦੂਗਾ। ਮਤਲਬ ਜਿਹੜਾ ਆਪਾਂ ਕਹਿ ਲਈਏ ਕਿ ਲੈਵਲ ਹੈ ਜੀ, ਇਸ ਤੋਂ ਅੱਗੇ ਡੀਟੀਐਸ ਤੋਂ ਅੱਗੇ ਸਾਊਂਡ ਦਾ ਲੈਵਲ ਨਹੀਂ ਹੈਗਾ, ਉਹ ਇਹਦੇ ਵਿੱਚ ਟੀਵੀ 'ਚ ਪਲੇ ਹੋ। ਵੀ ਹਜੇ ਤੱਕ ਆਪਣੇ ਸਿਨੇਮਿਆਂ 'ਚ ਵੀ ਜ਼ਿਆਦਾ 'ਚ ਹੈ ਨਹੀਂ, ਸੁਪਰ ਸਿਨੇਮੇ 'ਚ ਆ ਕਿਸੇ 'ਚ। ਹਾਂ ਜੀ, ਉਸ ਤੋਂ ਬਾਅਦ ਜੀ ਆਪਣੀ ਆ ਗਈ ਬਰਾਵੀਆ 8 ਜੀ। ਇਹ ਟੈਕਨੋਲੋਜੀ ਨੂੰ ਅਸੀਂ ਓਲੈਡ ਟੈਕਨੋਲੋਜੀ ਕਹਿ ਦਿੰਦੇ ਹਾਂ ਜੀ ਜੀ। ਇਹ ਟੈਕਨੋਲੋਜੀ ਦੇ ਵਿੱਚ ਟੀਵੀ ਦੀ ਪਿਕਚਰ ਕੁਆਲਿਟੀ ਹੋਰ ਜ਼ਿਆਦਾ ਬ੍ਰਾਈਟ ਹੋ ਜਾਂਦੀ ਹੈ ਜੀ, ਡਿਟੇਲ ਦੇ ਵਿੱਚ ਪੁਸ਼ਪਿੰਦਰ ਜੀ ਤੁਹਾਨੂੰ ਦੱਸ ਦਿੰਦਾ ਜੀ। ਇਹ ਉਹੀ ਨਹੀਂ ਜਿਹੜੀ ਜਿਹਦੇ ਕਹਿੰਦੇ ਸੀਗੇ ਵੀ ਭਾਈ ਜਿੱਥੇ ਬੰਦਾ ਬੋਲਦਾ ਉੱਥੋਂ ਆਵਾਜ਼ ਆਉਂਦੀ ਹੈ? ਹਾਂ ਸਰ, ਉਹੀ ਸੀਰੀਜ਼ ਆ ਗਈ, ਇਹ ਉਹਦਾ ਅਪਡੇਟ ਮਾਡਲ ਆ ਗਿਆ ਬਰਾਵੀਆ 8 ਜੀ। ਇੱਕ ਤਾਂ ਕੋਈ ਬੈਕ ਲਾਈਟ ਨਹੀਂ ਹੈਗੀ, ਜਿੰਨੇ ਟੀਵੀ ਬੈਕ ਲਾਈਟ 'ਤੇ ਆ ਗਈ ਤਾਂ ਇਹਦੇ ਪਿੱਛੇ ਕੋਈ ਬੈਕ ਲਾਈਟ ਨਹੀਂ ਗਈ, ਸੈਲਫ ਲਾਈਟਿੰਗ ਪਿਕਸਲ ਆ ਗਏ, ਅਤੇ ਜਿਹੜੀ ਸਾਊਂਡ ਡਿਲੀਵਰ ਹੋਣੀ ਆ ਉਹ ਆਪਾਂ ਨੂੰ ਜਿੱਥੇ ਆਪਣੇ ਫੇਸ ਆ ਗਿਆ ਜੀ, ਓਬਜੈਕਟ ਆ ਗਿਆ, ਉੱਥੋਂ ਹੀ ਇਹਨੇ ਸਾਊਂਡ ਡਿਲੀਵਰ ਕਰ ਦੇਣੀ ਹੈਗੀ। ਅੱਛਾ, ਇਹਦੀ 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 ਸਕਰੀਨ 'ਚੋਂ ਆਵਾਜ਼ ਆਊਗੀ? ਸਕਰੀਨ 'ਚੋਂ ਆਵਾਜ਼ ਆਊਗੀ ਇਹਦੇ 'ਚ, ਇਹਦੇ ਵਿੱਚ ਕੋਈ ਸਪੀਕਰ ਨਹੀਂ, ਕੋਈ ਸਪੀਕਰ ਨਹੀਂ ਲੱਗਿਆ ਹੋਇਆ, ਇਹਦੇ ਸਾਰੇ ਸਪੀਕਰ ਸਕਰੀਨ 'ਚ। ਅੱਛਾ, ਇਹਦੇ ਇਹਦੇ ਜਿੱਥੇ ਮੰਨ ਲਓ ਇੱਥੇ ਬੰਦਾ ਬੋਲਦਾ ਇੱਥੋਂ ਆਵਾਜ਼ ਆਊ, ਇੱਥੇ ਬੋਲਦਾ ਉੱਥੇ, ਜਿੱਥੋਂ ਬੰਦਾ ਬੋਲਦਾ ਉੱਥੋਂ ਆਵਾਜ਼ ਆਊ, ਉੱਥੋਂ ਆਵਾਜ਼ ਆਊ, ਉੱਥੋਂ ਆਵਾਜ਼ ਆਊਗੀ। ਪਤਲੀ ਬਹੁਤ ਆ ਇਹ, ਉਂਗਲ ਜਿੰਨੀ ਹੈ, ਸਲਿਮ ਬਹੁਤ ਹੈ, ਸਲਿਮ ਬਹੁਤ ਹੈ। ਅਤੇ ਇਸ ਤੋਂ ਵੀਰੇ ਅੱਗੇ ਆਏ ਤੇ ਅੱਜ ਗਏ ਵੱਡੀ 'ਤੇ? ਹਾਂਜੀ ਹਾਂਜੀ, ਆ ਵੱਡੀਆਂ ਵੱਡੀਆਂ ਵੀਰੇ, ਸਾਈਜ਼ ਮੁਤਾਬਕ ਹੀ ਵੱਡੀਆਂ ਜਾਂ ਇਹ ਮਾਡਲ ਅਲੱਗ ਆ? ਨਹੀਂ, ਮਾਡਲ ਇਹ ਬਰਾਵੀਆ 3 ਹੈ ਜੀ ਜੀ, ਬਟ ਇਹਦੇ ਸਕਰੀਨ ਸਾਈਜ਼ ਵੱਡੇ ਆ ਗਏ ਜੀ ਹੁਣ ਜੀ। ਸਕਰੀਨ ਸਾਈਜ਼ ਕਸਟਮਰ ਜਿੱਦਾਂ ਕਿਸੇ ਨੇ ਆਪਣੇ ਘਰੇ ਹੁਣ ਸਿਨੇਮਾ ਬਣਾਉਣਾ ਜੀ ਤਾਂ ਉਹਨੂੰ ਵੱਡੀ ਸਕਰੀਨ ਚਾਹੀਦੀ ਆ, ਤਾਂ ਉਹਦੇ ਲਈ ਆਪਣੇ ਕੋਲ 75 ਇੰਚ, 85 ਇੰਚ ਤੱਕ ਦੀ ਸਕਰੀਨ ਅਵੇਲੇਬਲ ਹੈ ਜੀ। ਇਹ ਵਾਲੇ ਟੀਵੀ ਆਪਾਂ ਲਗਾ ਕੇ ਨਾਲ ਹੋਮ ਥੀਏਟਰ ਲਗਾ ਕੇ ਸਿਨੇਮਾ ਆਪਣੇ ਘਰੇ ਹੀ ਕ੍ਰੀਏਟ ਕਰ ਸਕਦੇ ਹਾਂ ਆਪਾਂ ਨੂੰ ਥੀਏਟਰ ਜਾਣ ਦੀ। ਇਹਨਾਂ ਕੋਲ 35,000 ਰੁਪਈਏ ਤੋਂ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ 27 ਲੱਖ ਤੱਕ ਦੇ ਟੀਵੀ ਹੈ ਜੀ, 100 ਇੰਚ ਤੱਕ ਟੀਵੀ ਚਲਾ ਜਾਂਦਾ, 27 ਲੱਖ ਰੁਪਈਏ ਤੱਕ ਦਾ ਟੀਵੀ ਆ ਵੀਰੇ। ਇਕੱਲਾ ਜਿਹੜਾ ਆਪਣਾ ਹੈਗਾ ਬਜਾਜ ਕਾਰਡ ਹੀ ਉਪਲਬਧ ਹੋਊਗਾ ਇਹ ਸਾਰੀਆਂ ਚੀਜ਼ਾਂ ਖਰੀਦਣ ਵਾਸਤੇ, ਜਾਂ ਕੋਈ ਹੋਰ ਵੀ ਆਫਰ ਹੈਗਾ? ਆਪਣੇ ਕੋਲ ਬਜਾਜ ਫਾਈਨਾਂਸ ਹੈ ਅਤੇ HDFC ਪੇਪਰ ਫਾਈਨਾਂਸ ਹੈਗਾ ਗਾ, ਪਲੱਸ ਆਪਣੇ ਕੋਲ ਸਾਰੇ ਕ੍ਰੈਡਿਟ ਕਾਰਡ ਚੱਲ ਰਹੇ ਹੈਗੇ, ਉਹਨਾਂ ਦੇ ਉੱਪਰ ਕੈਸ਼ਬੈਕ ਚੱਲ ਰਿਹਾ ਆਪਾਂ ਨੂੰ, EMI ਬਣ ਜਾਂਦੀਆਂ, ਪਲੱਸ ਹੁਣ ਜਿਵੇਂ ਆਪਾਂ ਕੋਈ ਛੋਟਾ TV ਪਰਚੇਜ਼ ਕਰਦੇ ਹਾਂ 43 ਇੰਚ ਹੋ ਗਿਆ, ਉਹਦੇ ਉੱਪਰ 18 ਜੀਰੋ ਦੀ ਪਹਿਲਾਂ ਕੁਛ ਵੀ ਨਹੀਂ ਦੇਣਾ, ਸਾਰੀਆਂ ਕਿਸ਼ਤਾਂ ਬਣ ਜਾਂਦੀਆਂ।
ਫਿਰ ਬਜਾਏ ਫਾਈਨਾਂਸ 'ਤੇ ਔਫਰ ਚੱਲਦਾ ਪਿਆ, ਇੱਕ EMI ਰਿਫੰਡ ਵੀ ਹੋ ਜਾਂਦੀ ਆ ਜੀ। ਉਹ ਆਪਣੇ ਹਿਸਾਬ ਨਾਲ ਆਪਾਂ ਜਿਹੜੇ ਔਫਰ ਬੈਸਟ ਲੱਗਦਾ ਆਪਾਂ ਉਹ ਕਰਵਾ ਸਕਦੇ ਹਾਂ। ਰਜਿੰਦਰ ਬਾਈ ਜੀ, ਕੀ ਹੈ ਕਿ 43 ਇੰਚ ਦਾ TV ਤੁਸੀਂ ਕੁਛ ਵੀ ਦੇ ਕੇ ਨਹੀਂ ਲਿਜਾਣਾ ਜੀ, ਕੁਛ ਵੀ ਨਹੀਂ ਦੇ ਕੇ ਲਿਜਾਣਾ। ਔਰ ਜਦੋਂ ਤੁਸੀਂ ਵੱਡੇ TV ਖਰੀਦਦੇ ਹੋ ਤਾਂ ਤੁਹਾਨੂੰ ਇੱਕ ਕਿਸ਼ਤ ਭਰਨੀ ਨਹੀਂ ਪੈਂਦੀ ਜੀ ਬਜਾਜ ਦੇ ਵਿੱਚ। ਔਰ ਉਸ ਤੋਂ ਅਲੱਗ ਸਾਡੇ ਕੋਲ ਕ੍ਰੈਡਿਟ ਕਾਰਡਸ 'ਤੇ ਕੈਸ਼ਬੈਕ ਅਵੇਲੇਬਲ ਆ, ਅਲੱਗ ਅਲੱਗ TV 'ਤੇ ਅਲੱਗ ਅਲੱਗ ਕੈਸ਼ਬੈਕ ਆ, ਵੀ ਜਿਹੜਾ ਉਹਦਾ ਰੇਟ ਹੈ ਉਸ ਤੋਂ ਬਾਅਦ ਵੀ ਤੁਹਾਨੂੰ ਕਾਰਡ ਸਵਾਈਪ ਕਰਨ 'ਤੇ ਪੈਸੇ ਵਾਪਸ ਆਉਣਗੇ। ਅਗਰ ਤੁਸੀਂ ਫਾਈਨਾਂਸ ਕਰਾਉਣੇ ਹੋ ਤਾਂ ਤੁਹਾਨੂੰ ਅਖੀਰ ਵਾਲੀ ਕਿਸ਼ਤ ਭਰਨੀ ਨਹੀਂ ਪੈਣੀ, ਭਰਨੀ ਨਹੀਂ ਪੈਣੀ। ਥੋੜ੍ਹਾ ਜਿਹਾ ਬਾਈ ਸਾਊਂਡ 'ਤੇ ਵੀ ਗੱਲ ਕਰ ਲਈਏ। ਇਸ ਤੋਂ ਬਾਅਦ ਜੀ ਸੋਨੀ ਦੀ ਮਾਸਟਰੀ ਹੈ ਜੀ, LED ਤੋਂ ਬਾਅਦ ਆਡੀਓ ਦੀ ਜੀ, ਇਹਦੇ ਵਿੱਚ ਦੋ ਤਰ੍ਹਾਂ ਦੇ ਆਡੀਓਜ਼ ਆਉਂਦੇ ਆ ਜੀ। ਇਹਨਾਂ ਨੂੰ ਆਪਾਂ ਅਲਟ ਦੇ ਨਾਮ 'ਤੇ ਕਹਿ ਦਿੰਦੇ ਹਾਂ ਪਾਰਟੀ ਸਪੀਕਰ। ਪਾਰਟੀ ਜਿਵੇਂ ਕਿਤੇ ਆਪਾਂ 10-20 ਜਾਣੇ ਇਕੱਠੇ ਹੋ ਕੇ ਪਾਰਟੀ ਕਰਨੀ ਆ ਤਾਂ ਅਲੱਗ ਅਲੱਗ ਸਾਈਜ਼ ਦੇ ਵਿੱਚ ਆਉਂਦੇ ਆ ਜੀ। ਆਪਾਂ 100 ਜਣਿਆਂ ਤੱਕ ਦੀ ਜੇ ਮਿਲ ਕੇ ਵੀ ਪਾਰਟੀ ਕਰਨੀ ਆ ਤਾਂ ਉਹ ਆਪਣੇ ਕੋਲ ਅਵੇਲੇਬਲ ਆ ਜੀ। ਇਹ ਦੋ ਤਰ੍ਹਾਂ ਦੇ ਆਉਂਦੇ ਆ, ਇੱਕ ਵਾਇਰ ਵਾਲੇ ਅਤੇ ਇੱਕ ਬੈਟਰੀ ਵਾਲੇ। ਆ ਜਿਹੜੇ ਬੈਟਰੀ ਵਾਲੇ ਆਪਾਂ ਚਾਰਜ ਕਰ ਲਓ, ਮੋਬਾਈਲ ਵਾਂਗੂ ਜਿੱਥੇ ਮਰਜ਼ੀ ਲੈ ਜਾਓ, ਗੱਡੀ 'ਚ ਰੱਖੋ, ਕਿਤੇ ਜਾਣਾ ਕਿਤੇ ਹੀ ਲੈ ਜਾਓ। ਇਹ ਇਹਨਾਂ ਦੇ ਬੈਟਰੀ ਬੈਕਅਪ ਹੈਗੇ ਨੇ, ਡਿਟੇਲ ਤੁਹਾਨੂੰ ਸਮਝਾ ਦਿੰਦਾ ਜੀ। ਇਹਨੂੰ ਆਪਾਂ ਅਲਟ ਕੈਟੇਗਰੀ ਕਹਿੰਦੇ ਹਾਂ। ਦੂਸਰੇ ਨੰਬਰ 'ਤੇ ਇਸ ਤੋਂ ਬਾਅਦ ਆਪਣੇ ਵਾਸਤੇ ਹੋਮ ਥੀਏਟਰ ਵਾਸਤੇ ਸਾਊਂਡ ਬਾਰਸ ਆ ਜਾਂਦੀਆਂ, ਉਹ ਵੀ ਤੁਹਾਨੂੰ ਦਿਖਾਉਣੇ ਪਹਿਲਾਂ ਤੁਸੀਂ। ਇਹਦੇ 'ਚ ਆਪਣੇ ਕੋਲ ਜਿਵੇਂ ਸਪੀਕਰ ਆ ਗਏ, ਇਹ ਸਾਰੇ ਪਲੱਗ ਐਂਡ ਪਲੇ ਦੇ ਨਾਲ ਆ ਗਏ ਮਾਡਲ ਜੀ। ਠੀਕ ਹੈ, ਇਹਦੇ 'ਚ ਆਪਸ਼ਨ ਆ ਜਾਂਦੇ ਜਿਵੇਂ ਆਪਾਂ ਸਟਾਰਟਿੰਗ ਮਾਡਲ ਹੈਗਾ 20-13, 20-43, 20-73, ਸਾਰੇ ਆਪਾਂ ਨੂੰ ਇਹਦੇ ਜੈਸਚਰ ਕੰਟਰੋਲ ਦਿੱਤੇ ਹੋਏ ਆਡੀਓ ਇਹਨਾਂ ਦੀ ਆਪਣੇ ਕੋਲ, ਜਿਵੇਂ ਘਰੇ ਆਪਾਂ ਕੋਈ ਪਾਰਟੀ ਕਰਨੀ ਹੈ, ਕੋਈ ਬੱਚੇ ਦਾ ਹੀ ਕੰਟਰੋਲ ਹੁੰਦੇ ਆ ਜੀ। ਇਹ ਪੁਸ਼ਪਿੰਦਰ ਐਂ ਕਹੂਗਾ ਕਿ ਸਾਊਂਡ ਅਪ ਅਪ ਹੋ ਜਾਣੀ ਹੈ, ਡਾਊਨ ਬੈਠਾ ਚੇਅਰ ਤੇ ਬੈਠਾ ਇਹਨੂੰ ਕਹਦੇ ਕਿ ਅਪ ਹੱਥ ਡਾਊਨ ਡਾਊਨ, ਹੱਥ ਦੇ ਕੰਟਰੋਲ ਨਾਲ ਇਹਨੇ ਆਪਣਾ ਪਲੇ ਹੋ ਜਾਣਾ। ਜਿਵੇਂ ਆਪਾਂ ਮੈਂ ਆਡੀਓ ਕਰਨੀ, ਇਦਾਂ ਕੀਤਾ ਆਡੀਓ, ਅੱਛਾ ਪਲੱਸ ਇਦਾਂ ਕੀਤਾ ਲੋ, ਇਹਦਾ ਨੈਕਸਟ ਪ੍ਰੀਵੀਅਸ ਪਲੇ ਪੌ, ਸਾਰਾ ਇਹ ਜੈਸਚਰ ਕੰਟਰੋਲ ਆ। ਅੱਛਾ ਜੀ, ਤੇ ਇਹ ਵੀਰੇ ਜਿਵੇਂ ਮੰਨ ਕੇ ਚਲੋ ਮੈਂ ਪਾਰਟੀ ਵਾਲਾ ਆਹ ਲੈ ਲਿਆ, ਹਾਂਜੀ, ਇਹ ਇੱਕ ਤਾਂ ਮੈਂ ਪਾਰਟੀ ਲਈ ਵਰਤ ਰਿਹਾ ਅਤੇ ਦੂਸਰਾ ਮੈਂ ਫਿਰ ਇਹਨੂੰ ਫਾਲਤੂ ਟਾਈਮ ਘਰ TV 'ਤੇ ਲਾ ਸਕਦਾ? ਫਾਲਤੂ ਟਾਈਮ TV 'ਤੇ ਵੀ ਲਾ ਸਕਦੇ ਹੋ, ਜੇ ਤੁਹਾਨੂੰ ਗਾਉਣ ਦਾ ਸ਼ੌਂਕ ਆ ਤਾਂ ਕਰੋਕੇ ਮੋਡ ਵੀ ਦਿੱਤਾ ਹੋਇਆ, ਮਾਈਕ ਲਾਓ, ਗਿਟਾਰ ਕੁਛ ਵੀ ਲਾ ਸਕਦੇ ਹੋ, ਮਾਈਕ ਵੀ ਲੱਗਦਾ, ਗਿਟਾਰ ਵੀ ਲੱਗਦੀ ਆ, ਤੁਸੀਂ ਕੁਛ ਵੀ ਚਲਾ ਸਕਦੇ ਹੋ ਇਹਦੇ 'ਤੇ। ਅੱਛਾ ਜੀ, ਮਾਈਕ ਲਾ ਸਕਦੇ ਹਾਂ, ਗਿਟਾਰ ਲਾ ਸਕਦੇ ਹਾਂ, ਹਰਭੇਜ ਨੂੰ ਲੈ ਕੇ ਦੇਖੀਏ ਪ੍ਰੀਤ ਜਦੋਂ ਬਾਹਰੋਂ ਆਇਆ ਹੈਂ। ਉਸ ਤੋਂ ਬਾਅਦ ਫਿਰ ਆਪਣੇ ਕੋਲ ਜਿਵੇਂ ਆਪਾਂ ਘੁੰਮਣ ਚਲੇ ਜਾਂਦੇ ਜੀ, ਕਿਤੇ ਆਪਣੇ ਕੋਲ ਉੱਥੇ ਨਹੀਂ ਹੈਗੀ ਪਲੱਗ ਦੀ ਪਲੇ ਦੀ ਆਪਸ਼ਨ, ਤਾਂ ਇੱਥੇ ਕੀ ਆਪਾਂ ਇੱਕ ਵਾਰੀ ਇਹਨਾਂ ਨੂੰ ਸਪੀਕਰ ਆ ਗਏ ਆਪਣੇ ਕੋਲ, ਪੋਰਟੇਬਲ ਸਪੀਕਰ ਆ ਗਏ, ਇੱਕ ਵਾਰੀ ਚਾਰਜ ਕੀਤਾ ਇਹਨਾਂ ਦਾ 25 ਘੰਟੇ ਤੱਕ ਦਾ ਪਲੇਬੈਕ ਹੈਗਾ। 25 ਘੰਟੇ ਚੱਲੂਗਾ ਜੀ, ਇੱਕ ਵਾਰ ਚਾਰਜ ਕੀਤਾ ਕਿਤੇ ਪਾਰਟੀ 'ਤੇ ਚਲਾਓ। ਇਹ ਵਾਲਾ ਜਿਹੜਾ ਸਾਡਾ ਅਲਟ ਹੈ ਜੀ, ਇਹ ਨੀਅਰ ਅਬਾਊਟ 50 ਤੋਂ 60-70 ਬੰਦਿਆਂ ਦੀ ਪਾਰਟੀ ਇਕੱਲਾ ਹੈਂਡਲ ਕਰ ਸਕਦਾ, DJ ਦੀ ਕੋਈ ਜ਼ਰੂਰਤ ਨਹੀਂ, ਪੂਰੀ ਸਿਰਾ ਸੋਹਣੀ ਆ, ਮਤਲਬ ਦੱਸਣ ਦੀ ਲੋੜ ਹੀ ਨਹੀਂ ਵੀ ਸਾਊਂਡ ਕਿਹੋ ਜਿਹਾ ਹੋਊਗਾ। ਹਾਂ, ਤੇ ਜਿਹੜਾ ਘਰੇ ਬਾਈ ਥੀਏਟਰ ਬਣਾਉਣਾ, ਆਹ ਬਣਾ ਕੇ ਦਿਖਾਇਆ ਹੋਇਆ, ਹਾਂਜੀ, ਪੂਰਾ ਪਿਓਰ ਜਿਹੜਾ, ਮਤਲਬ ਆਪਾਂ ਕਹਿ ਲਈਏ ਵੀ ਇੱਥੇ ਬੰਦਾ ਬੈਠ ਕੇ ਐਵੇਂ ਫੀਲ ਕਰ ਸਕਦਾ। ਇਹ ਜੀ 5.1 ਚੈਨਲ ਬੈਠ ਕੇ ਤੁਸੀਂ ਰੀਅਰ ਸਪੀਕਰਸ ਦੀ ਆਵਾਜ਼ ਔਰ ਸਾਰੇ ਮਾਡਲਸ ਇੱਕਸਾਰ ਲੱਗੇ ਹੋਏ ਨੇ, ਹਰ ਤਰ੍ਹਾਂ ਦਾ ਮਾਡਲ ਕਸਟਮਰ ਦੇ ਬਜਟ ਦੇ ਹਿਸਾਬ ਨਾਲ ਲੱਗਿਆ ਹੋਇਆ ਜੀ। ਜਿਹੜਾ ਵੀ ਬਜਟ ਦੇ ਵਿੱਚ ਕਸਟਮਰ ਨੂੰ ਜ਼ਰੂਰਤ ਆ ਉਹ ਸਾਰਾ ਇੱਥੇ ਬੈਠ ਕੇ ਐਕਸਪੀਰੀਅੰਸ ਕਰ ਸਕਦਾ। ਇਹ ਸਾਰੀਆਂ ਸਾਊਂਡ ਬਾਰਸ ਲੱਗੀਆਂ ਹੋਈਆਂ ਨੇ ਜੀ, ਇਹ ਸਾਰਾ ਹੋਮ ਥੀਏਟਰ ਦਾ ਐਕਸਪੀਰੀਅੰਸ ਇੱਥੇ ਅਸੀਂ ਕਰਵਾਉਂਦੇ ਹਾਂ। ਠੀਕ ਆ, ਮਤਲਬ ਕਹਿਣ ਤੋਂ ਭਾਵ ਬੰਦਾ ਇੱਥੇ ਆ ਕੇ ਬੈਠੇ ਦੇਖੇ ਫਿਰ ਉਸ ਤੋਂ ਬਾਅਦ ਘਰੇ ਲਿਜਾਵੇ, ਵੀ ਉਹ ਐਂ ਨਾ ਸੋਚੇ ਵੀ ਸੋਚ ਲਏ ਵੀ ਕਿਹੋ ਜਿਹਾ ਬਣੂਗਾ। ਉਹ ਇੱਥੇ ਅਸੀਂ ਸਾਰਾ ਐਕਸਪੀਰੀਅੰਸ ਕਰਾ ਦਿੰਦੇ ਹਾਂ ਜੀ ਉਹਨਾਂ ਨੂੰ, ਕਿਹੋ ਜਿਹਾ ਬਣਨ ਦੀ ਸੋਚਣ ਦੀ ਲੋੜ ਨਹੀਂ, ਇਹੋ ਜਿਹਾ ਬਣੂਗਾ ਇਹੀ ਸੋਚ ਲਓਗੇ ਤੁਸੀਂ ਜੀ। ਬਾਕੀ ਇਹਦੀ ਜਿਹੜੀ ਰੇਂਜ ਸਟਾਰਟ ਆ 13,990 ਤੋਂ ਹੋਮ ਥੀਏਟਰ ਸਟਾਰਟ ਹੋ ਜਾਂਦੇ ਆ, ਆਪਣੀ ਰੇਂਜ ਜਿਹੜੀ ਹੋਮ ਥੀਏਟਰ ਦੀ ਆ ਜੀ, ਇਹ 13,990 ਤੋਂ ਸ਼ੁਰੂ ਹੋ ਜਾਂਦਾ। ਸ਼ੁਰੂ ਹੋ ਜਾਂਦਾ ਫਾਈਨਾਂਸ ਦੀਆਂ ਬਹੁਤ ਵਧੀਆ ਫੈਸਿਲਿਟੀਜ਼ ਅਵੇਲੇਬਲ ਨੇ ਜੀ।
ਈਜ਼ੀ EMIs ਅਵੇਲੇਬਲ ਨੇ, ਛੋਟੀਆਂ ਛੋਟੀਆਂ 2312 2812 ਇਸ ਤਰ੍ਹਾਂ ਦੀਆਂ ਕਿਸ਼ਤਾਂ ਬਣ ਜਾਂਦੀਆਂ ਨੇ। ਟੀ ਵੀ ਨਾਲ ਅਗਰ ਆਪਾਂ ਸਾਊਂਡ ਬਾਰ ਖਰੀਦਦੇ ਹਾਂ ਤਾਂ ਦੋਨਾਂ ਨੂੰ ਇਕੱਠੇ ਲੈਣ ਦਾ ਡਿਸਕਾਊਂਟ ਵੀ ਮਿਲਦਾ, ਇਹ ਵੀ ਦੀਵਾਲੀ ਦੀ ਔਫਰ ਹੈ ਜੀ, ਕੋਂਬੋ ਔਫਰ ਹੋ ਗਿਆ ਉਹਨੂੰ ਕੋਂਬੋ ਔਫਰ ਕਹਿ ਦਿੰਦੇ। ਸੋਨੀ ਦੇ ਤੁਹਾਨੂੰ ਮੈਂ ਦੱਸਿਆ ਵੀ ਸੋਨੀ ਦੇ ਆਪਾਂ ਇੱਕ ਵੱਡੇ ਉਸ ਸੈਂਟਰ ਦੇ ਵਿੱਚ ਹਾਂ ਜਿਹੜਾ ਮਾਲਵੇ ਦੇ ਵਿੱਚ ਇੱਕੋ ਇੱਕ ਆ, ਤਾਂ ਇਸ ਕਰਕੇ ਸੋਨੀ ਦੀ ਹਰੇਕ ਚੀਜ਼ ਤਾਂ ਇੱਥੋਂ ਮਿਲਣੀ ਆ ਬਾਈ ਜੀ। ਮਾੜਾ ਜਿਹਾ ਇਹਦੇ ਬਾਰੇ ਵੀ, ਆਡੀਓ ਬਾਰੇ, ਇਸ ਤੋਂ ਬਾਅਦ ਫਿਰ ਆਪਣੇ ਕੋਲ ਹੈੱਡਫੋਨ ਆ ਜਾਂਦੇ ਜੀ। ਹੈੱਡਫੋਨ 'ਚ ਜਿਵੇਂ ਆਪਣੇ ਸੀਰੀਜ਼ ਚੱਲਦੀ ਹੈ, ਜਿਵੇਂ ਨੋਇਸ ਕੈਂਸਲੇਸ਼ਨ ਆ ਗਏ ਜੀ, ਅਲਟ ਸੀਰੀਜ਼ 'ਚ ਹੈੱਡਫੋਨ ਆ ਗਏ ਜੀ, ਤਾਂ ਇਹਨਾਂ ਦਾ ਬੈਨੀਫਿਟ ਕੀ ਆ, ਸਾਊਂਡ ਤਾਂ ਆਪਾਂ ਨੂੰ ਵਧੀਆ ਮਿਲਦੀ ਆ ਜੀ, ਪਲੱਸ ਨੋਇਸ ਕੈਂਸਲੇਸ਼ਨ ਦੇ ਨਾਲ ਆ ਗਏ। ਜਿਵੇਂ ਸਪੈਸ਼ਲੀ ਕੋਈ ਟਰੈਵਲ ਕਰਦਾ ਜਾਂ ਕੋਈ ਬੱਚਾ ਪੜ੍ਹਦਾ ਵੀ ਉਹਨੂੰ ਆਸੇ ਪਾਸੇ ਡਿਸਟਰਬੈਂਸ ਹੁੰਦੀ ਆ, ਤਾਂ ਇਹਨਾਂ ਨੂੰ ਲਾਓ ਅਤੇ ਆਸੇ ਪਾਸੇ ਦਾ ਸਾਰਾ ਸ਼ੋਰ ਬੰਦ। ਕੋਈ ਮਿਊਜ਼ਿਕ ਚਲਾਉਣ ਦੀ ਲੋੜ ਨਹੀਂ, ਜਦੋਂ ਤੁਸੀਂ ਐਂ ਲਾ ਲਿਆ ਬਸ ਦੁਨੀਆ ਖਤਮ, ਦੁਨੀਆ ਖਤਮ ਸਾਰੀ ਬਸ। ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਾਊਂਡ ਦੀ ਪਾਬੰਦੀ ਹੈ ਨਾ, ਕੁਛ ਨਹੀਂ ਚਲਾਉਣ ਦੀ ਲੋੜ ਬਸ। ਹੁਣ ਮੈਨੂੰ ਮਹਿਸੂਸ ਹੋ ਰਿਹਾ ਵੀ ਮੈਂ ਕਿੰਨੀ ਕੁ ਆਵਾਜ਼ ਨਾਲ ਬੋਲਾਂ, ਮੈਨੂੰ ਕੋਈ ਪਤਾ ਨਹੀਂ ਲੱਗ ਰਿਹਾ, ਮੈਨੂੰ ਆਪਦੀ ਆਵਾਜ਼ ਨਹੀਂ ਸੁਣਦੀ। ਮੈਂ ਬਾਹਲਾ ਉੱਚਾ ਤਾਂ ਨਹੀਂ ਬੋਲਿਆ ਨਹੀਂ, ਆਮ ਤੌਰ 'ਤੇ ਨਾ ਜਦੋਂ ਕੰਨ ਬੰਦ ਹੋ ਜਾਂਦੇ ਬੰਦਾ ਆਪ ਉੱਚੀ ਬੋਲਣ ਲੱਗ ਜਾਂਦਾ। ਫਿਰ ਉਹ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਬਲੂਟੂਥ ਸਪੀਕਰ ਜੀ, ਜਿਵੇਂ ਅਲਟ ਆ ਗਿਆ ਫੀਲਡ 1 ਜੀ, ਤਾਂ ਸਪੈਸ਼ਲੀ ਪੋਰਟੇਬਲ ਸਪੀਕਰ, ਜਿਵੇਂ ਕੋਈ ਬੈਠੇ ਆਪਾਂ ਕੋਈ ਹੈਂਡ ਫਰੀ ਵੋਇਸ ਕਾਲ ਕਰਨੀ ਆ, ਉਹ ਤੋਂ ਇਲਾਵਾ ਫਿਰ ਆਪਾਂ ਨੂੰ ਸਾਊਂਡ ਜਾਣੇ ਬੈਠੇ ਜੀ, ਆਪਾਂ ਕੋਈ ਗਾਣੇ ਸੁਣਨੇ ਆ, ਬਹੁਤ ਵਧੀਆ ਦੀ ਸਾਊਂਡ ਹੈ, ਵਾਟਰ ਪ੍ਰੂਫ ਹੈ, ਸਵਿਮਿੰਗ ਪੂਲ 'ਚ ਨਹਾ ਰਹੇ ਹਾਂ ਮੋਟਰ 'ਤੇ ਨਹਾ ਰਹੇ ਹਾਂ, ਇਹਨੂੰ ਵਿੱਚ ਸੁੱਟ ਲਓ, ਵਾਟਰ ਪ੍ਰੂਫ ਆ, ਗਾਣੇ ਚੱਲਦੇ ਰਹਿਣ। ਵਾਟਰ ਪ੍ਰੂਫ ਆ, ਡਸਟ ਪ੍ਰੂਫ ਆ, ਸ਼ੌਕ ਪ੍ਰੂਫ ਆ, ਡਸਟ ਪ੍ਰੂਫ, ਵਾਟਰ ਪ੍ਰੂਫ, ਸ਼ੌਕ ਪ੍ਰੂਫ, ਪੱਕੀ ਗੱਲ ਹੈ ਇਹ, ਬਿਲਕੁਲ ਪੱਕੀ। ਵੀ ਮਤਲਬ ਕੋਈ ਸਮੁੰਦਰ 'ਚ ਨਹਾਉਣ ਗਿਆ ਤੇ ਨਾਲ ਬੰਨ ਕੇ ਲੈ ਜਾਵੇ ਤੇ ਗੀਤ ਚੱਲਣਗੇ ਚੱਲ ਜੀ ਆ ਜਾਏ, ਤਾਂ ਮੱਛੀਆਂ ਵੀ ਗੀਤ ਸੁਣਨਗੀਆਂ। ਆਹਾ ਪਹਾੜਾਂ ਤੇ ਲੈ ਕੇ ਜਾਓ, ਕਿਤੇ ਵੀ ਲੈ ਕੇ ਜਾਓ, ਹਰ ਕਿਤੇ ਕੈਰੀ ਕਰਨਾ ਬਹੁਤ ਸੌਖਾ, ਕੈਰੀ ਕਰਨਾ ਬਹੁਤ ਸੌਖਾ, ਗੱਡੀ ਦੇ ਵਿੱਚ ਰੱਖੋ ਜਿੱਥੇ ਮਰਜ਼ੀ ਲੈ ਕੇ ਜਾਓ। ਫਿਰ ਵਾਟਰਪ੍ਰੂਫ ਆ, ਜਿਵੇਂ ਆਪਾਂ ਕਈ ਵਾਰੀ ਕੋਈ ਸਵਿਮਿੰਗ ਪੂਲ ਦੇ ਕੋਲੇ ਬੈਠੇ, ਥੋੜਾ ਬਹੁਤ ਪਾਣੀ ਪੈ ਜਾਵੇ, ਵੈਸੇ ਵਾਟਰਪ੍ਰੂਫ ਆ, ਉਹਦੀ ਕੋਈ ਦਿੱਕਤ ਨਹੀਂ ਗੀ। ਬੈਟਰੀ ਬੈਕਅਪ ਬਹੁਤ ਵਧੀਆ, ਵਾਰ ਵਾਰ ਚਾਰਜ ਕਰਨ ਦੀ ਦਿੱਕਤ ਨਹੀਂ, 30 ਘੰਟੇ ਦਾ, ਜੇ ਬੈਟਰੀ ਲੋਅ ਵੀ ਹੋ ਜਾਂਦੀ ਤਾਂ ਕਵਿਕ ਚਾਰਜ ਸਪੋਰਟ ਕਰਦੇ ਆ ਸਾਰੇ ਮਾਡਲ। ਇਸ ਤੋਂ ਬਾਅਦ ਜੀ ਆਪਣੀ ਬਹੁਤ ਹੀ ਵਧੀਆ ਕੈਟੇਗਰੀ ਕੈਮਰਾ ਅਲਫਾ, ਅਲਫਾ ਦੇ ਨਾਮ ਤੇ ਆਪਣੇ ਸੋਨੀ ਦੇ ਕੈਮਰਾਜ਼ ਆਉਂਦੇ ਨੇ ਜੀ, ਅੱਜ ਦੇ ਦਿਨ ਇੰਡੀਆ ਦੇ ਵਿੱਚ ਸਭ ਤੋਂ ਵਧੀਆ ਆਪਣੇ ਕੈਮਰਾ, ਕੋਈ ਸ਼ੱਕ ਵਾਲੀ ਵੱਡੀਆਂ ਵੱਡੀਆਂ ਫਿਲਮਾਂ ਚਾਹੇ ਵੱਡੇ ਵੱਡੇ ਆਈਫੋਨ ਹੋ ਗਏ, ਸੋਨੀ ਦਾ ਹੀ ਕੈਮਰਾ ਫਿੱਟ ਹੁੰਦਾ ਜੀ। ਇਹ ਜੀ ਇਹ ਕੈਟੇਗਰੀ ਮੈਰਿਜਸ ਦੇ ਫੰਕਸ਼ਨਸ ਲਈ ਸਾਰੇ ਕੈਮਰਾਮੈਨ ਹੁਣ ਅੱਜ ਦੇ ਦਿਨ ਇਹ ਯੂਜ਼ ਕਰ ਰਿਹਾ, ਇਹ ਕੈਟੇਗਰੀ ਬਹੁਤ ਅੱਗੇ ਜਾ ਚੁੱਕੀ ਆ। ਸਾਡਾ ਇਹ ਵਾਲਾ ਮਾਡਲ ਆ ਰਿਹਾ ਜੀ, ਇਹ ਯੂਟਿਊਬਰਸ ਨੂੰ ਮੈਂ ਐਂ ਕਹਿਣ ਲੱਗਿਆ ਸੀ, ZV E10 ਮਾਡਲ ਹੈ ਜੀ, ਇਹ ਸਾਰੇ ਯੂਟਿਊਬਰਸ ਯੂਜ਼ ਕਰ ਰਹੇ ਆ ਜੀ, ਤਾਂ ਹਰ ਤਰ੍ਹਾਂ ਦੀ ਕੈਟੇਗਰੀ ਅਵੇਲੇਬਲ ਹੈ ਕੈਮਰੇ ਦੇ ਵਿੱਚ, ਪ੍ਰੋਫੈਸ਼ਨਲ ਕੈਮਰਾ ਤੋਂ ਲੈ ਕੇ ਸਟੂਡੀਓ ਤੱਕ ਦੇ ਕੈਮਰੇ ਜਿਹੜੇ ਮੂਵੀ ਸ਼ੂਟ ਕਰਨ ਲਈ ਵਰਤੇ ਜਾਂਦੇ ਆ ਉਹ ਕੈਮਰੇ ਅਵੇਲੇਬਲ। ਆਡੀਓ ਇਹ ਮਾਈਕ ਆ ਜੀ, ਇਹ ਮਾਈਕ ਆ ਜਿਹੜੇ ਆਪਣੇ ਆਪਾਂ ਵਰਤਦੇ ਹਾਂ, ਉਹ ਮਾਈਕ ਆ, ਵਾਇਰਲੈਸ ਮਾਈਕ ਆ। ਅੱਛਾ, ਵਾਇਰਲੈਸ ਮਾਈਕ ਆ ਗਿਆ, ਹਾਂ ਇਹ ਸੋਨੀ ਦੇ ਆ। ਹਾਂਜੀ, ਜਿਵੇਂ ਆਪਾਂ ਯੂਜ਼ ਕਰ ਰਹੇ ਹਾਂ ਨਾ, ਮਾਈਕ ਆ ਗਿਆ ਜੀ, ਇਹ ਵਾਇਰਲੈਸ ਮਾਈਕ ਆ। ਤੋਂ ਅੱਗੇ ਸੱਜਣੋ ਉਹ ਕੈਟਾਗਰੀ ਆ ਗਈ ਵੀ ਜਿਹਦੇ 'ਚ
ਮੁਕਾਬਲੇ 'ਚ ਹੀ ਕੋਈ ਹੈ ਨਹੀਂ। ਟੀਵੀਆਂ ਦੇ ਵਿੱਚ ਵੀ ਹਜੇ ਹੋਰ ਕੰਪਨੀਆਂ ਹੈਗੀਆਂ, ਕੈਮਰਿਆਂ ਦੇ ਵਿੱਚ ਵੀ ਹੋਰ ਹੈਗੀਆਂ, ਇਹਦੇ ਵਿੱਚ ਕੋਈ ਵੀ ਹੈ ਨਹੀਂ ਗਾ ਬਾਈ, ਹੈ ਨਹੀਂ ਗਾ ਨਾ ਸੋਨੀ ਤੋਂ ਇਲਾਵਾ। ਇਹ ਵਰਲਡਵਾਈਡ ਜੀ ਇਹਦੀ ਮੋਨੋਪੋਲੀ ਹੈ ਇਸ ਪ੍ਰੋਡਕਟ ਦੀ, ਇਸ ਕੈਟੇਗਰੀ ਦੇ ਵਿੱਚ ਕੋਈ ਟੱਕਰ ਦੇਣ ਵਾਲਾ ਪ੍ਰੋਡਕਟ ਨਹੀਂ ਹੈਗਾ। ਔਰ ਇਹ ਪ੍ਰੋਡਕਟ ਸਾਡਾ ਬਹੁਤ ਬਹੁਤ ਜ਼ਿਆਦਾ ਡਿਮਾਂਡਿੰਗ ਪ੍ਰੋਡਕਟ ਹੈ ਜੀ, ਸਾਡੇ ਤੋਂ ਸਟਾਕ ਪੂਰਾ ਨਹੀਂ ਹੁੰਦਾ ਜੀ। ਇਹਨੂੰ ਕਹਿ ਦਿੰਦੇ ਆਪਾਂ ਪਲੇਅ ਸਟੇਸ਼ਨ। ਪਲੇਅ ਸਟੇਸ਼ਨ ਸਾਰੇ ਤਰ੍ਹਾਂ ਦੇ ਆਪਣੇ ਕੋਲ ਹੈਗੇ, ਕਿਹੜੇ ਆ, 4 ਤੇ 5 ਆ ਹੁਣ? ਹਾਂਜੀ 4 ਤੇ 5 ਚੱਲ ਰਿਹਾ ਜੀ, 5 ਵੀ ਚੱਲ ਰਿਹਾ, 5 ਲੇਟੈਸਟ ਚੱਲ ਰਿਹਾ। ਤੇ ਜਿੰਨੇ ਆਪਣੇ ਟੀਵੀ ਆ ਸਾਲ, ਜਿਵੇਂ ਬਰਾਵੀਆ 2 ਤੋਂ ਲੈ ਕੇ ਆਪਾਂ ਜੇ ਗੱਲ ਕਰੀਏ ਜੀ, ਆਪਣੇ ਕੋਲੇ ਬਰਾਵੀਆ 8 ਜੀ, ਬਰਾਵੀਆ 9 ਸਾਰਿਆਂ ਦੇ ਵਿੱਚ ਪਲੇਅ ਸਟੇਸ਼ਨ ਮੋਡ ਦਿੱਤਾ ਹੋਇਆ ਹੈਗਾ ਸਪੈਸ਼ਲੀ ਸੋਨੀ ਟੀਵੀ ਦੇ ਵਿੱਚ। ਵੀ ਮਤਲਬ ਉਹਦੇ ਪਿਕਸਲਾਂ ਨੂੰ ਇਹ ਸਪੋਰਟ ਕਰਨਗੇ, ਕਿਉਂਕਿ ਉਹਨੂੰ ਥੋੜਾ ਜਿਹਾ ਜ਼ਿਆਦਾ ਗ੍ਰਾਫਿਕ ਜ਼ਿਆਦਾ ਚਾਹੀਦੇ ਹੁੰਦੇ ਇਹਨਾਂ ਦੇ ਗ੍ਰਾਫਿਕਸ ਨੂੰ। ਪਲੇਅਸਟੇਸ਼ਨ 5 ਦੇ ਗ੍ਰਾਫਿਕਸ ਨੂੰ ਜੀ ਆਪਣੇ ਸਾਰੇ ਟੀਵੀ ਸਪੋਰਟ ਕਰਦੇ ਆ, ਕਿਉਂਕਿ ਉਹਨਾਂ ਦੇ ਵਿੱਚ ਪਲੇਅਸਟੇਸ਼ਨ ਮੋਡ ਹੈ। ਹੁਣ ਆਪਣੇ ਟੀਵੀ ਦੇ ਉੱਪਰ ਕਿਸੇ ਦੇ ਉੱਪਰ ਵੀ ਦੇਖੋਗੇ, ਚਾਹੇ ਆ ਬਰਾਵੀਆ 2 ਟੀਵੀ ਆਏ, ਇਹਦੇ ਉੱਪਰ ਵੀ ਸਪੈਸ਼ਲੀ ਲਿਖਿਆ ਹੋਇਆ ਪਲੇਅਸਟੇਸ਼ਨ 5 ਗੇਮ ਮੈਨੂੰ ਜੀ। ਤੇ ਇਹਦੇ ਵੀਰੇ ਮੈਨੂੰ ਆਹ ਦੱਸੋ, ਇੱਕ ਆਹ ਵੀਰੇ ਉਹ ਆ ਗਿਆ ਨਾ ਜਿਹੜਾ ਅੱਖਾਂ ਤੇ ਲਾ ਕੇ ਆਪਾਂ ਦੂਜਾ ਹਾਂਜੀ ਖੇਡਦੇ ਹੁੰਦੇ ਗੇਮਾਂ ਗੁਮਾਂ ਖੇਡਦੇ ਹੁੰਦੇ, ਜਿਵੇਂ ਹਾਂ ਉਹ ਚੀਜ਼ ਆ ਗਈ ਵੀ ਜਿਵੇਂ ਕਰੈਕਟਾਂ ਵਾਲੀ ਗੇਮ ਖੇਡਦੇ ਆ ਤੁਸੀਂ, ਗੋਲੀਆਂ ਗਾਲੀਆਂ ਮਾਰਨ ਵਾਲੀ ਖੇਡਦੇ ਆ, ਉਹ ਦੇਖਣ ਨੂੰ ਤਾਂ ਬੰਦਾ ਐਂ ਲੱਗਦਾ ਹੁੰਦਾ ਵੀ ਕਮਲਾ ਜਿਹਾ ਹੋਇਆ ਫਿਰਦਾ, ਪਰ ਉਹਨੂੰ ਸਾਰਾ ਕੁਝ ਦੱਸਦਾ, ਸਾਰਾ ਕੁਝ ਦੱਸਦਾ ਹੁੰਦਾ, ਉਹ ਤਾਂ VR ਆ ਗਿਆ ਏ, ਉਹ ਆ ਗਿਆ ਸੋਨੀ ਦਾ। ਮਤਲਬ ਯਾਰ ਸੋਨੀ ਦੀਆਂ ਜਿੰਨੀਆਂ ਵੀ ਤੁਹਾਡੇ ਘਰੇ ਵਰਤਣ ਵਾਲੀਆਂ ਚੀਜ਼ਾਂ ਘੈਂਟ ਬਣਦੀਆਂ ਨਾ, ਮੈਂ ਤੁਹਾਨੂੰ ਅੱਜ ਸੋਨੀ ਦੇ ਸੈਂਟਰ ਤੇ ਗੇੜਾ ਮਰਵਾਇਆ ਕਿ ਦੁਨੀਆ ਕਿੱਥੇ ਪਹੁੰਚ ਗਈ ਆ। ਆਪਾਂ ਕਈ ਵਾਰੀ ਬਹੁਤ ਪਿੱਛੇ ਸੋਚੀ ਜਾਂਦੇ ਹੁੰਦੇ ਹਾਂ, ਤਾਂ ਅੱਜ ਤੁਹਾਨੂੰ ਉਹ ਇੰਸਟਰੂਮੈਂਟ ਉਹ ਗੈਜਟ ਦਿਖਾਏ ਆ ਵੀ ਜਿਹੜੇ ਖਰੀਦ ਕੇ ਤੁਸੀਂ ਵੀ ਦੁਨੀਆ ਦੇ ਨਾਲ ਰਲ ਸਕਦੇ ਆ। ਕਈ ਵਾਰੀ ਨਾ ਸੋਨੀ ਦਾ ਨਾਂ ਸੁਣ ਕੇ ਜਾਂ ਕੋਈ ਹੋਰ ਕੰਪਨੀਆਂ ਦਾ ਸਮਾਨ ਵੇਚਣ ਦੇ ਚੱਕਰ 'ਚ ਲੋਕ ਡਰਾ ਵੀ ਬਹੁਤ ਜਾਂਦੇ ਆ, ਕਹਿੰਦੇ ਸੋਨੀ ਦਾ ਬਹੁਤ ਜ਼ਿਆਦਾ ਮਹਿੰਗਾ ਆ, ਸੋਨੀ ਦਾ ਆਏ ਆ। ਸੋਨੀ ਦੇ ਤੁਹਾਨੂੰ ਰੇਟ ਵੀ ਦੱਸਦੇ ਆ ਕਿ ਭਾਈ 35,000 ਤੋਂ ਸ਼ੁਰੂ ਹੋ ਜਾਂਦੇ ਆ, ਹਾਂ ਬਾਹਲੇ ਪੈਸੇ ਲਾਉਣੇ ਆ, 27 ਲੱਖ ਵੀ ਤੁਸੀਂ ਟੀਵੀ 'ਤੇ ਲਾ ਸਕਦੇ ਆ, ਠੀਕ ਹੈ ਕਿ ਨਹੀਂ। ਜਿਹੜਾ ਤੁਸੀਂ ਪਲੇਅ ਸਟੇਸ਼ਨ ਆ ਉਹਦੇ ਤਾਂ ਤੁਹਾਨੂੰ ਰੇਟ ਪੁੱਛਣ ਦੀ ਲੋੜ ਹੀ ਨਹੀਂ, ਕੋਈ ਹੋਰ ਹੈ ਹੀ ਨਹੀਂ ਗਾ। ਕੈਮਰਿਆਂ ਦੇ ਵਿੱਚ ਵੀ ਯੂਟਿਊਬਰ ਖਰੀਦਦੇ ਆ ਕੈਮਰੇ, ਯੂਟਿਊਬਰਾਂ ਵਾਲੇ ਵੀ ਹੈਗੇ ਆ, ਬਾਕੀ ਵੀ ਸੋਨੀ ਦੇ ਕੈਮਰਿਆਂ ਤੋਂ ਵਿਆਹ ਸ਼ਾਦੀ ਹੈ ਨਾ, ਵਿਆਹ ਸ਼ਾਦੀਆਂ ਵਾਲੇ ਵੀ ਹੈਗੇ ਆ। ਬਾਕੀ ਜਿਹੜਾ ਥੀਏਟਰ ਸਿਸਟਮ ਆ ਉਹ ਵੀ 13,000 ਰੁਪਏ ਤੋਂ ਸ਼ੁਰੂ ਹੋ ਜਾਂਦਾ ਜਿਹੜਾ ਸਾਊਂਡ ਸਿਸਟਮ। ਮਤਲਬ ਕਹਿਣ ਤੋਂ ਭਾਵ ਬਹੁਤ ਜ਼ਿਆਦਾ ਰੇਟ ਨਹੀਂ ਜਿੰਨੀਆਂ ਗੱਲਾਂ ਫੈਲਾਈਆਂ ਜਾਂਦੀਆਂ, ਕੰਪਨੀ ਕਮਾਲ ਹੈ ਉਹ ਦੱਸਣ ਦੀ ਲੋੜ ਨਹੀਂ। ਜੇ ਕੋਈ ਵੀ ਸੱਜਣ ਨੂੰ ਸੋਨੀ ਦਾ ਕੋਈ ਵੀ ਪ੍ਰੋਡਕਟ ਚਾਹੀਦਾ ਹੋਇਆ ਨਾ, ਬਠਿੰਡੇ ਗੇੜਾ ਮਾਰ ਲਿਓ, ਆ ਕੇ ਜ਼ਰੂਰ ਜਾਇਓ। ਵੀਰੇ ਹੁਣੀ ਤੁਹਾਨੂੰ ਬਹੁਤ ਪਿਆਰ ਨਾਲ ਸਮਝਾਉਣਗੇ, ਬਹੁਤ ਪਿਆਰ ਦੀ ਤੁਹਾਨੂੰ ਡੀਲ ਦੇਣਗੇ, ਤੁਹਾਨੂੰ ਚਾਹ ਪਾਣੀ ਮਿਲੂਗਾ, ਇੱਜ਼ਤ ਮਿਲੂਗਾ, ਬਹੁਤ ਇੱਜ਼ਤਦਾਰ ਬੰਦੇ ਮਿਲਣਗੇ, ਬੜੇ ਚੰਗੇ ਬੰਦੇ ਆ। ਬਠਿੰਡੇ ਦੇ ਵਿੱਚ ਤੁਸੀਂ ਸੈਂਟਰ 'ਚ ਗੇੜਾ ਮਾਰ ਲਿਓ, ਮਾਰਨਾ ਹੀ ਪੈਣਾ ਕਿਉਂਕਿ ਮਾਲਵੇ ਦਾ ਇੱਕੋ ਇੱਕ ਇਹੀ ਸੈਂਟਰ ਆ ਸੋਨੀ ਵਾਲਾ ਦਾ। ਜਿਉਂਦੇ ਰਹੋ।